ਸਤਿ ਸੰਗਤ ਜੀ ਫਤਿਹ ਕਬੂਲ ਕਰਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਤਰਿਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ, ਸਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਮਹਾਰਾਜ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਇੱਕ ਵਰਨ ਦੇ ਆ ਗਈ ਹੈ, ਇੱਕੋ ਹੀ ਵਰਨ ਹੈ। ਧਰਮ ਕੀ ਗਤ ਰਹੀ, ਧਰਮ ਦਾ ਚੱਲਣਾ ਰਹਿ ਗਿਆ, ਧਰਮ ਨਹੀਂ ਚੱਲਿਆ। ਗਤੀ ਕਹਿੰਦੇ ਨੇ ਚੱਲਣ ਨੂੰ, ਕਿਤਨੀ ਗਤੀ ਚੱਲ ਰਹੀ ਸੀ ਗੱਡੀ, ਗਤੀ ਚੱਲਣਾ ਸਪੀਡ। ਧਰਮ ਦੀ ਗਤ ਰਹਿ ਗਈ ਹੈ, ਧਰਮ ਦਾ ਚੱਲਣਾ ਰਹਿ ਗਿਆ, ਧਰਮ ਕੀ ਗਤ ਰਹੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਮਨੁੱਖ ਚੱਲ ਰਿਹਾ, ਮਨੁੱਖ ਨਾਲ ਸਮਾਜ ਚੱਲ ਰਿਹਾ, ਪਰਿਵਾਰ ਚੱਲ ਰਿਹਾ, ਮਨੁੱਖ ਚੱਲ ਰਿਹਾ, ਕਾਰੋਬਾਰ ਚੱਲ ਰਿਹਾ, ਧੰਦਾ ਚੱਲ ਰਿਹਾ, ਮਨੁੱਖ ਚੱਲ ਰਿਹਾ, ਇਹਦੇ ਨਾਲ ਰਾਜਨੀਤੀ ਵੀ ਚੱਲ ਰਹੀ ਹੈ, ਪਰ ਮਨੁੱਖ ਚੱਲ ਰਿਹਾ ਇਹਦੇ ਨਾਲ ਧਰਮ ਨਹੀਂ ਚੱਲ ਰਿਹਾ, ਧਰਮ ਨਹੀਂ ਚੱਲ ਰਿਹਾ। ਜੋ ਚੱਲ ਰਿਹਾ ਹੈ ਰਾਜਨੀਤੀ, ਜੋ ਚੱਲ ਰਿਹਾ ਹੈ ਸਮਾਜ, ਜੋ ਚੱਲ ਰਿਹਾ ਹੈ ਕਾਰੋਬਾਰ ਧੰਦਾ, ਧਰਮ ਨਹੀਂ ਚੱਲ ਰਿਹਾ। ਧਰਮ ਕੀ ਗਤ ਰਹੀ, ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ। ਪੁੱਛੀਏ ਬਾਬਾ ਜੀ, ਧਰਮ ਮਨੁੱਖ ਨਾਲ ਕਿਉਂ ਨਹੀਂ ਚੱਲ ਰਿਹਾ, ਅਸੀਂ ਕੀ ਵਰਜਨ ਹੈ? ਮਹਾਰਾਜ ਕਹਿੰਦੇ ਨੇ ਸ੍ਰਿਸ਼ਟ ਸਭ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕ ਵਰਨ ਹੋ ਗਈ, ਇਸ ਕਰਕੇ ਨਹੀਂ ਚੱਲ ਰਿਹਾ। ਬਸ ਥੋੜੀ ਜਿਹੀ ਵਜ਼ਾਹਤ ਕਰਾਂਗੇ ਤੇ ਆਪ ਤੋਂ ਸ਼ਮਾ ਮੰਗਾਂਗਾ। ਮਨੂ ਮਹਾਰਾਜ, ਮਨੂ ਸਿਮਰਤੀ ਵਿੱਚ ਇੱਕ ਮਹਾਨ ਰਿਸ਼ੀ ਹੋਏ ਨੇ। ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਸੀ, ਜਾਤ ਪਾਤ ਕਰਕੇ ਨਹੀਂ, ਸੁਭਾਅ ਕਰਕੇ। ਉਹ ਸੁਭਾਅ ਅੱਗੇ ਚੱਲ ਕੇ ਲੋਕਾਂ ਨੇ ਜਾਤ ਪਾਤ ਬਣਾ ਲਿਆ। ਜਿਹੜਾ ਮਨੁੱਖ ਸਿਰ ਦੀ ਵਰਤੋਂ ਬਹੁਤ ਕਰੇ, ਜ਼ਬਾਨ ਦੇ ਅੱਗੋਂ ਸਿਰ ਰੱਖੇ, ਪੈਰਾਂ ਤੇ ਹੱਥਾਂ ਦੇ ਅੱਗੋਂ ਸਿਰ ਰੱਖੇ, ਭਾਵ ਜਦ ਹੱਥ ਚੱਲਣ ਤੇ ਸਮਝ ਨੂੰ ਅੱਗੇ ਰੱਖੇ, ਪੈਰ ਚੱਲਣ ਤੇ ਸਮਝ ਨੂੰ ਅੱਗੇ ਰੱਖੇ, ਜ਼ਬਾਨ ਚੱਲੇ ਤੇ ਸਮਝ ਨੂੰ ਅੱਗੇ ਰੱਖੇ, ਖਾਣ ਲੱਗੇ ਪੀਣ ਲੱਗੇ ਤੇ ਸਮਝ ਨੂੰ ਅੱਗੇ ਰੱਖੇ, ਜੋ ਹਰ ਕਰਮ ਦੇ ਸਮਝ ਨੂੰ ਅੱਗੇ ਰੱਖੇ। ਇਹ ਨਹੀਂ ਜ਼ਬਾਨ ਨੂੰ ਅੱਗੇ ਕੀਤਾ, ਬੋਲ ਗਏ ਤੇ ਸਮਝ ਤੋਂ ਬਾਅਦ ਵਿੱਚ ਕੰਮ ਲਿਆ ਤੇ ਪਛਤਾਤਾਪ ਤੇ ਕੀ ਆਖ ਗਏ, ਨਹੀਂ ਆਖਣਾ ਸੀ, ਕਿਹੜੇ ਪਾਸੇ ਚਲੇ ਗਏ ਨਹੀਂ ਜਾਣਾ ਸੀ, ਕੀ ਕਰ ਬੈਠੇ ਨਹੀਂ ਕਰਨਾ ਸੀ। ਇਸ ਪਛਤਾਤਾਪ ਦਾ ਮਤਲਬ ਹੈ ਹੱਥਾਂ ਨੇ ਕੀਤਾ ਪਰ ਹੱਥਾਂ ਨਾਲ ਸਮਝ ਨਹੀਂ ਸੀ, ਪੈਰ ਚਲੇ ਨੇ ਪਰ ਪੈਰਾਂ ਨਾਲ ਸਮਝ ਨਹੀਂ ਸੀ, ਜ਼ਬਾਨ ਬੋਲੀਏ ਪਰ ਜ਼ਬਾਨ ਦੇ ਅੱਗੋਂ ਸਮਝ ਨਹੀਂ ਸੀ, ਸਿਰ ਨਹੀਂ ਸੀ। ਹਰ ਕਰਮ ਨਾਲ ਸਿਰ ਨੂੰ ਜੋੜ ਹੈ, ਪ੍ਰਭੂ ਚਿੰਤਨ ਕਰਨਾ, ਪ੍ਰਭੂ ਦਾ ਨਾਮ ਲੈਣਾ, ਬੰਦਗੀ ਕਰਨੀ, ਸਿਰ ਅੱਗੇ। ਜੋ ਹਰ ਕਰਮ ਦੇ ਸਿਰ ਨੂੰ ਅੱਗੇ ਕਰੇ, ਸਿਰ ਮੋਰ ਬ੍ਰਾਹਮਣ ਸ੍ਰੇਸ਼ਟ, ਇਹ ਸਭ ਤੋਂ ਉੱਚਾ, ਕਿਉਂਕਿ ਸਰੀਰ ਵਿੱਚ ਉਂਝ ਵੀ ਪ੍ਰਭੂ ਨੇ ਸਿਰ ਉੱਚਾ ਬਣਾਇਆ।
ਕਿ ਜਿਹੜਾ ਹਰ ਕਰਮ ਦੇ ਸਿਰ ਨੂੰ ਵੀ ਅੱਗੇ ਰੱਖਦਾ, ਸਮਝ ਨੂੰ ਅੱਗੇ ਰੱਖਦਾ, ਸਮਝ ਇੱਥੇ। ਅਕਸਰ ਕਈ ਮਨੁੱਖ ਹੱਥਾਂ ਨਾਲ ਕੁਝ ਕਰਨ ਤੋਂ ਬਾਅਦ ਪਛਤਾਉਂਦੇ ਨੇ, ਨਹੀਂ ਕਰਨਾ ਚਾਹੀਦਾ, ਚੱਲ ਕੇ ਪਛਤਾਉਂਦੇ ਨੇ, ਇੱਥੇ ਨਹੀਂ ਆਉਣਾ ਚਾਹੀਦਾ ਸੀ, ਬੋਲ ਕੇ ਪਛਤਾਉਂਦੇ ਨੇ, ਨਹੀਂ ਬੋਲਣਾ ਚਾਹੀਦਾ ਸੀ। ਖਾਣ ਪੀਣ ਨੇ ਤਰ੍ਹਾਂ ਤਰ੍ਹਾਂ ਦੇ ਭਿਅੰਕਰ ਰੋਗ ਪੈਦਾ ਕੀਤੇ, ਨਹੀਂ ਖਾਣਾ ਚਾਹੀਦਾ ਸੀ। ਜੋ ਖਾਣ ਲੱਗਿਆ, ਪੀਣ ਲੱਗਿਆ, ਸੌਣ ਲੱਗਿਆ, ਜਾਗਣ ਲੱਗਿਆ, ਕਰਨ ਲੱਗਿਆ, ਚੱਲਣ ਲੱਗਿਆ, ਬੋਲਣ ਲੱਗਿਆ, ਸੁਣਨ ਲੱਗਿਆ, ਵੇਖਣ ਲੱਗਿਆ, ਹਰ ਇੰਦਰੀ ਦੇ ਅੱਗੋਂ ਸਮਝ ਨੂੰ ਰੱਖਦਾ ਹੈ ਬ੍ਰਾਹਮਣ। ਹੋਰ ਕਿਸ ਨੂੰ ਬ੍ਰਾਹਮਣ ਕਹਿੰਦੇ? ਬ੍ਰਾਹਮਣ ਕੋਈ ਜ਼ਾਤ ਨਹੀਂ ਹੈ। ਬ੍ਰਾਹਮਣ ਦੇ ਘਰ ਜਨਮ ਲੈ ਕੇ ਕੋਈ ਬ੍ਰਾਹਮਣ ਨਹੀਂ, ਦੂਜਾ ਵੀ ਸ਼ਬਦ ਬਰਦਾਸ਼ਤ ਕਰ ਲੈਣਾ। ਸਿੱਖ ਦੇ ਘਰ ਜਨਮ ਲੈ ਕੇ ਕੋਈ ਸਿੱਖ ਨਹੀਂ, ਗੁਰੂ ਦੇ ਘਰ ਜਨਮ ਲੈ ਕੇ ਸਿੱਖ ਸਿੱਖ ਹੁੰਦਾ। ਸਤਿਗੁਰ ਕੇ ਜਨਮੇ ਗਨਮ ਗਵਨ ਮਿਟਾਇਆ, ਗੁਰੂ ਦੀ ਸਿੱਖਿਆ ਨੂੰ ਜਿਸਨੇ ਧਾਰਨ ਕਰ ਲਿਆ ਉਹਦਾ ਗੁਰੂ ਦੇ ਘਰ ਮਾਨਸਿਕ ਤੌਰ ਤੇ ਜਨਮ ਹੋ ਗਿਆ। ਸਿੱਖ ਮਾਂ ਬਾਪ ਪੁੱਤ ਨੂੰ ਜਨਮ ਦਿੰਦੇ ਨੇ, ਸਿੱਖ ਨੂੰ ਜਨਮ ਨਹੀਂ, ਸਿੱਖ ਨੂੰ ਜਨਮ ਗੁਰੂ ਦਿੰਦਾ। ਮਾਂ ਬਾਪ ਸੁੱਤ ਨੂੰ ਜਨਮ ਦਿੰਦੇ ਨੇ, ਗੁਰੂ ਸੰਤ ਨੂੰ ਜਨਮ ਦਿੰਦਾ। ਮਾਂ ਬਾਪ ਪੁੱਤ ਨੂੰ ਜਨਮ ਦਿੰਦੇ ਨੇ, ਗੁਰੂ ਸਿੱਖ ਨੂੰ ਜਨਮ ਦਿੰਦਾ। ਮਾਂ ਬਾਪ ਦੇ ਹੋਣ ਬਿੰਦ ਤੋਂ ਪੁੱਤ ਦਾ ਜਨਮ ਹੋਇਆ, ਗੁਰੂ ਦੀ ਵਿਚਾਰ ਤੋਂ ਸਿੱਖ ਦਾ ਜਨਮ ਹੋਇਆ। ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਵਿਚਾਰ ਨੂੰ ਸਮਝ ਨਾ, ਖਾਣ ਲੱਗਿਆ, ਪੀਣ ਲੱਗਿਆ, ਬੋਲਣ ਲੱਗਿਆ, ਚੱਲਣ ਲੱਗਿਆ, ਉੱਠਣ ਲੱਗਿਆ, ਬੈਠਣ ਲੱਗਿਆ, ਬੋਲਣ ਲੱਗਿਆ, ਵੇਖਣ ਲੱਗਿਆ, ਅੱਗੇ ਰੱਖਦਾ ਸਮਝ ਨੂੰ। ਸਿਰਮੋ ਬ੍ਰਾਹਮਣ, ਬ੍ਰਾਹਮਣ ਨਾਲ ਧਰਮ ਚੱਲਦਾ, ਕਿਉਂਕਿ ਸਿਰ ਨੂੰ ਜੋ ਅੱਗੇ ਰੱਖਦਾ, ਹਰ ਕੰਮ ਜੋ ਸਮਝ ਨਾਲ ਕਰਦਾ, ਉਹਦੇ ਨਾਲ ਧਰਮ ਚੱਲਦਾ। ਖੱਤਰੀ ਜੋ ਆਪਣੇ ਹੱਥਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ, ਤਾਕਤਵਰ ਕਰਨਾ ਚਾਹੁੰਦਾ ਹੈ, ਤਾਂ ਕਿ ਕਿਸੇ ਕਮਜ਼ੋਰ ਦਾ ਸਹਾਰਾ ਬਣ ਸਕਾਂ। ਸੂਰ ਵੀਰ ਕਿਸ ਨੂੰ ਕਹਿੰਦੇ ਨੇ? ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ। ਦੀਨ ਦੇ ਇੱਥੇ ਅਰਥ, ਇਹ ਦੀਨ ਸ਼ਬਦ ਸੰਸਕ੍ਰਿਤ ਦਾ, ਇਹਦੇ ਅਰਥ ਨੇ ਨਿਮਾਣਾ, ਨਿਤਾਣਾ, ਲਾਗਰ, ਕਮਜ਼ੋਰ, ਜੋ ਕਮਜ਼ੋਰ ਦੀ ਖਾਤਰ ਲੜੇ, ਜੋ ਕਮਜ਼ੋਰ ਦੀ ਬਾਂਹ ਪਕੜ ਲੇ। ਦੀਨ ਸ਼ਬਦ ਉਰਦੂ ਫਾਰਸੀ ਅਰਬੀ ਦਾ ਹੋਵੇ ਤੇ ਅਰਥ ਬਣ ਦਿੰਦਾ, ਇਹ ਦੀਨ ਸ਼ਬਦ ਅਰਬੀ ਫਾਰਸੀ ਦਾ ਨਹੀਂ। ਕਰਮ ਸ਼ਬਦ ਸੰਸਕ੍ਰਿਤ ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਕੰਮ, ਪਰ ਕਰਮ ਸ਼ਬਦ ਉਰਦੂ ਫਾਰਸੀ ਦਾ ਹੋਵੇ ਤੇ ਇਹਦੇ ਅਰਥ ਬਣ ਜਾਂਦੇ ਨੇ ਬਖਸ਼ਿਸ਼, ਇੱਥੇ ਖੁਦਾ ਦਾ ਕਰਮ ਹੋ ਗਿਆ। ਭਾਸ਼ਾ ਦਾ ਗਿਆਨ ਨਾ ਹੋਵੇ ਤੇ ਕਈ ਦਫ਼ਾ ਅਰਥਾਂ ਦਾ ਅਨਰਥ ਹੋ ਜਾਂਦਾ। ਸੂਰਾ ਸੋ ਪਹਿਚਾਨੀਏ ਜੋ ਲੜੇ ਦੇਣ ਕੇ, ਜੋ ਲੜ ਮਰੇ ਗਰੀਬ ਦੀ ਖਾਤਰ, ਕਮਜ਼ੋਰ ਦੀ ਖਾਤਰ, ਜੋ ਹਰ ਜਗ੍ਹਾ ਕਮਜ਼ੋਰ ਦਾ ਪੱਖ ਲਵੇ। ਕੌਣ ਕਮਜ਼ੋਰ ਦਾ ਪੱਖ ਲੈਂਦਾ? ਨਹੀਂ ਲੈਂਦਾ। ਬ੍ਰਾਹਮਣ ਕਮਜ਼ੋਰ ਸੀ, ਸਾਰੇ ਹਿੰਦੁਸਤਾਨ ਵਿੱਚ ਬ੍ਰਾਹਮਣ ਦਾ ਪੱਖ ਪੂਰਨ ਵਾਸਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਆਏ ਔਰ ਐਲਾਨੀਆ ਕਹਿ ਦਿੱਤਾ, ਮੈਂ ਇਹਨਾਂ ਕਮਜ਼ੋਰਾਂ ਦੀ ਬਾਂਹ ਪਕੜ ਲਈ ਹੈ। ਔਰ ਇਹ ਕਹਿ ਦਿੱਤਾ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਬਾਂਹ ਨਾ ਛੋੜੀਏ। ਮੈਂ ਸਿਰ ਦੇ ਦਿਆਂਗਾ, ਬਾਂਹ ਨਹੀਂ ਛੋੜਾਂਗਾ। ਔਰ ਵਾਕਈ ਸਿਰ ਦੇ ਕੇ ਬਾਵਾਂ ਇਤਨੀਆਂ ਮਜ਼ਬੂਤ ਕਰ ਦਿੱਤੀਆਂ
ਇਤਨੀਆਂ ਤਾਕਤਵਰ ਕਰ ਦਿੱਤੀਆਂ। ਅੱਜ ਦੇਸ਼ ਵਿੱਚ ਅਗਰ ਗੀਤਾ ਰਾਮਾਇਣ ਟਲ ਦੇਵੀ ਦੇਵਤਿਆਂ ਦੇ ਮੰਦਿਰ ਔਰ ਮੰਦਿਰਾਂ ਦੇ ਗੁੰਬਦ ਔਰ ਭਾਰਤੀ ਧਾਰਮਿਕ ਗ੍ਰੰਥ ਬਚੇ ਪਏ ਨੇ, ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕਰ, ਸਿਰਫ ਉਹਨਾਂ ਦੀ ਸ਼ਹਾਦਤ ਦਾ। ਖੱਤਰੀ ਜੋ ਹਰ ਜਗ੍ਹਾ ਕਮਜ਼ੋਰ ਦਾ ਪੱਖ ਲਵੇ, ਖੱਤਰੀ ਨਾਲ ਧਰਮ ਚੱਲਦਾ। ਸ਼ੂਦਰ ਜੋ ਸੇਵਾ ਕਰਨ ਵਿੱਚ ਹੀ ਰਸ ਰੱਖਦਾ, ਤੱਪੜ ਜਾਲਣਾ, ਲੰਗਰ ਬਣਾਉਣਾ, ਲੰਗਰ ਵੰਡਣਾ, ਜੋੜੇ ਜਾਲਣਾ, ਝਾੜੂ ਫੇਰਨਾ, ਪਾਣੀ ਡਾਉਣਾ, ਵਜ਼ਨੇ ਕੰਮ ਕਰਨ ਵਿੱਚ ਸ਼ੌਕ ਰੱਖਦਾ। 4 ਸਾਲ ਪਹਿਲੇ ਇਹ ਮਹਾਂਪੁਰਸ਼ ਪੰਜਾਬ ਚੋਂ ਇੱਕ ਸੱਜਣਾ ਨੇ ਮੇਰੇ ਕੋਲ ਆਪਣਾ ਸੇਵਾਦਾਰ ਭੇਜ ਦਿੱਤਾ ਤੇ ਕਹਿਣ ਲੱਗੇ, ਮਸਕੀਨ ਜੀ ਇਹਨੂੰ ਕਥਾ ਵਾਚਕ ਬਣਾ ਦਿਓ, ਸਾਡੇ ਡੇਰੇ 'ਚ ਕਥਾ ਕਰੇਗਾ। 4-5 ਸਾਲਾਂ ਤੋਂ ਸਾਡੇ ਕੋਲ ਹੈ, ਪਰ ਇਹ ਸੇਵਾ ਤੇ ਬੜੀ ਕਰਦਾ, ਬਹੁਤ ਕਰਦਾ, ਸਾਰਾ ਦਿਨ ਕਰਦਾ, ਥੱਕਦਾ ਨਹੀਂ, ਪਰ ਮੈਂ ਚਾਹੁੰਦਾ ਇਹ ਕਥਾ ਕਰੇ। ਆ ਗਿਆ ਮੇਰੇ ਕੋਲ, ਮੈਂ ਉਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਪਕੜਾ ਦਿੱਤੀ, ਮੈਂ ਕਿਹਾ ਪੜਿਆ ਕਰ, ਕੁਝ ਵਿਖੜੇ ਸ਼ਬਦਾਂ ਦੀ ਵਿਆਖਿਆ ਸੁਣ ਲਿਆ ਕਰ, 5-10 ਮਿੰਟ ਕਥਾ ਵਿੱਚ ਬੈਠਿਆ ਕਰ, ਨੋਟ ਲੈ ਲਿਆ ਕਰ, ਕੁਛ ਮੇਰੇ ਕੋਲ ਪੁੱਛ ਲਿਆ ਕਰ। ਮੈਂ ਕਿਹਾ ਮੇਰਾ ਢੰਗ ਹੈ। 3 ਦਿਨ ਬਾਅਦ ਮੈਨੂੰ ਕਹਿਣ ਲੱਗਾ, ਗਿਆਨੀ ਜੀ ਮੈਂ ਜਾਣਾ ਹੈ ਵਾਪਸ ਡੇਰੇ। ਮੈਂ ਕਿਉਂ? ਉਹ ਮਹਾਂਪੁਰਖਾਂ ਨੇ ਕਿਹਾ ਇਹਨੂੰ 2-3 ਸਾਲ ਰੱਖਣਾ, ਕਥਾ ਵਾਚਕ ਬਣਾਉਣਾ। ਕਹਿੰਦੇ ਪੋਥੀਆਂ 'ਚ ਸਿਰ ਖਪਾਈ ਸਾਡੇ ਕੋਲ ਨਹੀਂ ਆਉਂਦੀ, ਇਹ ਨਹੀਂ ਆਉਂਦੀ, ਇਹ ਸਿਰ ਖਪਾਈ ਨਹੀਂ ਆਉਂਦੀ। ਦੂਜਾ, ਤੁਸੀਂ ਜਿਹੜੀ ਕਥਾ ਕਰਦੇ ਹੋ ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿਹੜੀ ਭਾਸ਼ਾ 'ਚ ਬੋਲਦੇ ਹੋ, ਸਾਨੂੰ ਨਹੀਂ ਸਮਝ ਆਉਂਦੀ। ਤੀਜਾ, ਤੁਹਾਡੇ ਕੋਲ ਕੋਈ ਕੰਮ ਨਹੀਂ, ਕੋਈ ਕੱਪੜੇ ਡਾਉਣਾ, ਪਾਣੀ ਡਾਉਣਾ, ਝਾੜੂ ਬੁਆਰੀ, ਇਹ ਕੰਮ ਹੀ ਨਹੀਂ ਹੈ, ਕਿ ਆਪਾਂ ਕਿਸ ਤਰ੍ਹਾਂ ਰਹੀਏ, ਕਿਉਂ ਰਹੀਏ ਤੁਹਾਡੇ ਕੋਲ, ਸੇਵਾ ਵਾਸਤੇ ਆਈ ਨਹੀਂ ਕੁਛ। ਮੈਨੂੰ ਆਖੇ, ਮਿੱਤਰਾ ਤੂੰ ਸ਼ੂਦਰ ਹੈ, ਤੇਰੇ ਨਾਲ ਧਰਮ ਚੱਲ ਸਕਦਾ, ਅਗਰ ਤੂੰ ਭਾਵਨਾ ਨਾਲ ਸੇਵਾ ਕਰੇ ਰੱਬ ਤੱਕ ਪਹੁੰਚ ਸਕਦਾ, ਪੜ੍ਹਨਾ ਲਿਖਣਾ ਛੱਡ ਦੇ, ਤੇਰੇ ਵੱਸ ਦੀ ਗੱਲ ਨਹੀਂ ਹੈ, ਤੂੰ ਸ਼ੂਦਰ ਹੈ। ਜੋ ਵਜ਼ਨੀ ਕੰਮ ਤੇ ਕਰ ਸਕਦਾ, ਭਾਰਾ ਕੰਮ ਤੇ ਕਰ ਸਕਦਾ, ਦਿਮਾਗੀ ਨਹੀਂ, ਬਾਰੀਕ ਨਹੀਂ, ਉਹਨੂੰ ਕਹਿੰਦੇ ਨੇ ਸ਼ੂਦਰ। ਸ਼ੂਦਰ ਨਾਲ ਧਰਮ ਚੱਲਦਾ, ਖੱਤਰੀ ਨਾਲ ਧਰਮ ਚੱਲਦਾ। ਸਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਧਰਮ ਨਹੀਂ ਚੱਲ ਰਿਹਾ। ਕਿਆ ਸਾਰੇ ਬ੍ਰਾਹਮਣ ਹੋ ਗਏ ਨੇ? ਨਹੀਂ, ਬ੍ਰਾਹਮਣ ਨਾਲ ਤੇ ਧਰਮ ਚੱਲਦਾ, ਬ੍ਰਾਹਮਣ ਹੈ ਨਹੀਂ। ਕਿਆ ਸਾਰੇ ਖੱਤਰੀ ਹੋ ਗਏ ਨੇ? ਕਦੇ ਹੀ ਨਹੀਂ, ਖੱਤਰੀ ਨਾਲ ਤੇ ਧਰਮ ਚੱਲਦਾ। ਕਿਆ ਸਾਰੇ ਸ਼ੂਦਰ ਹੋ ਗਏ ਨੇ? ਬਿਲਕੁਲ ਨਹੀਂ, ਸ਼ੂਦਰ ਨਾਲ ਤੇ ਧਰਮ ਚੱਲਦਾ।
ਫਿਰ ਕਿਹੜਾ ਵਰਨ ਰਹਿ ਗਿਆ ਜਿਹਦੇ ਨਾਲ ਧਰਮ ਨਹੀਂ ਚੱਲਦਾ? ਸ੍ਰਿਸ਼ਟ ਸਭ ਇੱਕ ਵਰਨ ਹੋਈ ਵੈਸ਼ ਨਾਲ ਧਰਮ ਨਹੀਂ ਚੱਲਦਾ। ਸ੍ਰਿਸ਼ਟ ਸਭ ਇੱਕ ਵਰਨ ਹੋਈ ਵੈਸ਼ ਨਾਲ ਧਰਮ ਨਹੀਂ ਚੱਲਦਾ। ਕਿਹਨੂੰ ਵੈਸ਼ ਆਖੋਗੇ? ਮਾੜੀ ਮੋਟੀ ਦੁਕਾਨ ਖੋਲ ਕੇ ਸਟੋਰ ਖੋਲ ਕੇ ਜੋ ਚਲਾ ਰਹੇ, ਨਹੀਂ ਇਹ ਤੇ ਧੰਦਾ, ਇਹ ਤੇ ਕਿਰਤ ਹੈ। ਵੈਸ਼ ਜੋ ਧਨ ਦੀ ਖਾਤਰ ਆਪਣਾ ਇਮਾਨ ਵੇਚ ਦੇਵੇ, ਧਰਮ ਵੇਚ ਦੇਵੇ, ਇੱਜ਼ਤ ਵੇਚ ਦੇਵੇ, ਅਣਖ ਵੇਚ ਦੇਵੇ, ਕੌਮ ਵੇਚ ਦੇਵੇ, ਮੌਕਾ ਲੱਗੇ ਦੇਸ਼ ਵੇਚ ਦੇਵੇ, ਅਸਮਤ ਵੇਚ ਦੇਵੇ, ਸਿਰਫ ਧਨ ਮਿਲਣਾ ਚਾਹੀਦਾ। ਕੌਮ ਕੀ ਆਉਂਦੀ ਹੈ? ਵੇਚੀ ਜਾ ਸਕਦੀ ਹੈ। ਦੇਸ਼ ਵੀ ਹੈ, ਵੇਚਿਆ ਜਾ ਸਕਦਾ। ਇਮਾਨ ਕੀ ਹੈ? ਵੇਚਿਆ ਜਾ ਸਕਦਾ। ਅਣਖ ਕੀ ਹੈ? ਵੇਚੀ ਜਾ ਸਕਦੀ ਹੈ। ਇੱਜ਼ਤ ਕੀ ਹੈ? ਵੇਚੀ ਜਾ ਸਕਦੀ ਹੈ। ਅਸਮਤ ਕੀ ਹੈ? ਵੇਚੀ ਜਾ ਸਕਦੀ ਹੈ। ਕਲਾ ਵੇਚੀ ਜਾ ਸਕਦੀ ਹੈ। ਗਿਆਨ ਵੇਚਿਆ ਜਾ ਸਕਦਾ ਹੈ। ਕਥਾ ਵੇਚੀ ਜਾ ਸਕਦੀ ਹੈ। ਕੀਰਤਨ ਵੇਚਿਆ ਜਾ ਸਕਦਾ ਹੈ। ਪਾਠ ਵੇਚਿਆ ਜਾ ਸਕਦਾ ਹੈ। ਨਜ਼ਰਾਨਾ ਲੈਣਾ ਹੋਰ ਗੱਲ ਹੈ, ਕੀਰਤਨ ਵੇਚਣਾ ਹੋਰ ਗੱਲ ਹੈ, ਮੁੱਲ ਚੁਕਾਉਣਾ ਹੋਰ ਗੱਲ ਹੈ। ਸਭ ਵੈਸ਼ ਹੋ ਗਏ, ਸਭ ਵੈਸ਼ ਹੋ ਗਏ, ਕੋਈ ਬ੍ਰਾਹਮਣ ਨਹੀਂ। ਸ੍ਰਿਸ਼ਟ ਸਭ ਇੱਕ ਵਰਨ ਹੋਈ। ਧਨ ਚਾਹੀਦਾ ਵੇਚਣ ਨੂੰ ਤਿਆਰ, ਇਮਾਨ ਵੀ ਵੇਚਣ ਨੂੰ ਤਿਆਰ ਆ, ਧਰਮ ਵੀ ਵੇਚਣ ਨੂੰ ਤਿਆਰ ਆ, ਕੌਮ ਵੀ ਵੇਚਣ ਨੂੰ ਤਿਆਰ ਆ, ਪਾਠ ਵੀ ਵੇਚਣ ਨੂੰ ਤਿਆਰ ਆ, ਸੇਵਾ ਵੀ ਵੇਚਣ ਨੂੰ ਤਿਆਰ ਆ। ਕੋਈ ਗੁਰਦੁਆਰੇ ਦੀ ਸੇਵਾ ਕਰਦਾ ਗੁਰੂ ਵਾਸਤੇ ਜ਼ਿੰਦਗੀ ਭਰਦਾ, ਮੇਰਾ ਅਨੁਭਵ ਹੈ, ਪਾਰਲੀਮੈਂਟ ਤੱਕ ਪਹੁੰਚਣ ਵਾਸਤੇ ਬਠੇਰੇ ਕਰਦੇ ਨੇ। ਕਿਵੇਂ ਐਮਐਲਏ ਬਣੀਏ, ਕਿਵੇਂ ਐਮਪੀ ਬਣੀਏ, ਕਿਵੇਂ ਮਿਨਿਸਟਰ ਬਣੀਏ, ਗੁਰਦੁਆਰੇ ਦੀਆਂ ਪੌੜੀਆਂ ਤੇ ਚੜ੍ਹਦੇ ਨੇ। ਮੈਂ ਇਸੇ ਵਾਸਤੇ ਉਹ ਕਿਤਾਬ ਲਿਖੀ ਤੇ ਸਰਦਾਰ ਖਜਿੰਦਰ ਸੰਗੋਣਾ ਕਾਬਲੀ ਸੰਗਤ ਨੇ ਉਹਨੂੰ ਛਾਪਿਆ। ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ। ਮੈਨੂੰ ਖਜਿੰਦਰ ਸਿੰਘ ਕਹਿੰਦੇ ਸਨ ਵੀ ਤੁਸੀਂ ਆਪ ਇਹ ਕੰਮ ਆਰੰਭ ਕਰੋ। ਮੈਂ ਕਿਹਾ ਲੁਹਾਰ ਸ਼ਸਤਰ ਤੇ ਬਣਾਉਂਦਾ, ਮੈਦਾਨ ਜੰਗ ਚ ਆਪ ਨਹੀਂ ਲੜਦਾ ਹੁੰਦਾ, ਫਿਰ ਸ਼ਸਤਰ ਕਿਵੇਂ ਬਣਾਵੇਗਾ? ਤੇ ਮੈਂ ਕਿਹਾ ਜੇ ਮੈਂ ਲੜਨ ਲਈ ਆਇਆ ਤਾਂ ਫਿਰ ਇੱਕੋ ਹੀ ਰਫਾ ਲੜ ਸਕਾਂਗੇ, ਕਿਸੇ ਨੇ ਮੇਰੇ ਕੋਲ ਸੁਣਨਾ ਨਹੀਂ। ਫਿਰ ਮੈਂ ਪੰਜ ਦਸੀ ਚ ਇੱਕ ਕਥਾ ਪੜ੍ਹੀ ਸੀ। ਇੱਕ ਰਾਜੇ ਦੀ ਰਾਣੀ, ਉਹਨੇ ਮਹਿਲ ਦੇ ਸਾਰੇ ਦਰਪਣ ਸ਼ੀਸ਼ੇ ਤੋੜ ਦਿੱਤੇ, ਹਥੌੜਾ ਲੈ ਕੇ ਬੜੇ ਕੀਮਤੀ ਸ਼ੀਸ਼ੇ ਤੋੜ ਦਿੱਤੇ। ਕੋਲ ਹੀ ਨੌਕਰ ਖੜਾ ਸੀ, ਉਹ ਕਹਿਣ ਲੱਗਾ ਇੱਕ ਇੱਕ ਸ਼ੀਸ਼ਾ ਬੜਾ ਕੀਮਤੀ ਸੀ। ਰਾਜੇ ਨੇ ਬੜੇ ਸ਼ੌਕ ਨਾਲ ਲਗਵਾਏ ਸਨ, ਤੁਸੀਂ ਤੋੜ ਦਿੱਤੇ। ਕਹਿਣ ਲੱਗੀ ਹਰ ਸ਼ੀਸ਼ੇ ਚ ਮੈਂ ਕਰੂਪ ਦਿਖਾਈ ਦੇਣੀ, ਹਰ ਸ਼ੀਸ਼ੇ ਚ ਮੈਂ ਬਦਸੂਰਤ ਦਿਖਾਈ ਦੇਣੀ, ਇਹ ਸ਼ੀਸ਼ੇ ਨਹੀਂ ਚਾਹੀਦੇ। ਜੈਸਾ ਚਿਹਰਾ ਨੌਰਾ ਹੋਵੇ ਸ਼ੀਸ਼ੇ ਚ ਉਹੀ ਹੋਵੇ, ਸ਼ੀਸ਼ੇ ਦਾ ਤੇ ਕੋਈ ਕਸੂਰ ਨਹੀਂ, ਪਰ ਉਹ ਸਮਝ ਬੈਠੀ ਸ਼ੀਸ਼ੇ ਦਾ ਕਸੂਰ ਹੈ, ਇਸ ਦਰਪਣ ਦਾ ਕਸੂਰ ਹੈ। ਤੋੜਦੀ ਗਈ, ਤੋੜਦੀ ਗਈ, ਨੌਕਰ ਨੂੰ ਪੈਸੇ ਦਿੱਤੇ,
ਆਖਿਆ ਬਾਜ਼ਾਰੋਂ ਉਹ ਸ਼ੀਸ਼ਾ ਲੈ ਕੇ ਆ ਜਿਹਦੇ ਚ ਮੈਂ ਸੁੰਦਰ ਦਿਖਾਈ ਦੇਵਾਂ, ਖੂਬਸੂਰਤ ਦਿਖਾਈ ਦੇਵਾਂ। ਉਹ ਵਿਚਾਰਾ ਭਜਿਆ ਆ ਗਿਆ ਅਸਲੀਅਤ ਨੂੰ, ਤੇ ਉਹ ਵੀ ਜਾਣਦਾ ਸੀ ਪਰ ਹੁਕਮ ਜੈਸ ਨੌਕਰ। ਬੜਾ ਸੋਹਣਾ ਸ਼ੀਸ਼ਾ ਖਰੀਦ ਕੇ ਲਿਆਇਆ, ਕੀਮਤੀ ਸ਼ੀਸ਼ਾ ਖਰੀਦ ਕੇ ਲਿਆਇਆ, ਆਖੇ ਟੇਕ ਕੇ ਰੱਖਿਆ। ਰਾਣੀ ਨੇ ਜੈਸੇ ਉਹਦੇ ਚ ਆਪਣਾ ਮੁਖੜਾ ਦੇਖਿਆ, ਪੱਥਰ ਮਾਰ ਕੇ ਉਹਨੂੰ ਵੀ ਤੋੜ ਦਿੱਤਾ। ਨੌਕਰ ਨੂੰ ਗਾਲਾਂ ਕੱਢੀਆਂ, ਤੈਨੂੰ ਵੀ ਸ਼ੀਸ਼ਾ ਖਰੀਦਣ ਦੀ ਜਾਂਚ ਕਰ, ਤੂੰ ਵੀ ਉਹ ਸ਼ੀਸ਼ਾ ਖਰੀਦ ਕੇ ਲਿਆਇਆ ਜਿਹਦੇ ਚ ਮੈਂ ਕਰੂਪ ਦਿਖਾਈ ਦਿੰਦੀ, ਜਾਂ ਹੋਰ ਸ਼ੀਸ਼ਾ ਲੈ ਕੇ ਆ, ਪੈਸੇ ਦਿੱਤੇ। ਹੁਣ ਇਹ ਪੰਜ ਦਸੀ ਦੀ ਕਥਾ ਹੈ। ਪੰਜ ਦਫਾ ਨੌਕਰ ਸ਼ੀਸ਼ਾ ਲੈ ਕੇ ਆਇਆ, ਪੰਜੀ ਦਫਾ ਰਾਣੀ ਨੇ ਤੋੜਿਆ। ਮੈਂ ਕਰੂਪ ਦਿਖਾਈ ਦੇ, ਤੂੰ ਕੈਸਾ ਸ਼ੀਸ਼ਾ ਲਿਆ। ਪੰਜਵਾਂ ਸ਼ੀਸ਼ਾ ਤੋੜਨ ਦੇ ਨਾਲ ਪੈਸੇ ਦੇ ਕੇ ਆਖਿਆ, ਹੁਣ ਜਿਹੜਾ ਤੂੰ ਸ਼ੀਸ਼ਾ ਲੈਂਦਾ ਤੇ ਉਹਦੇ ਵਿੱਚ ਮੈਂ ਕਿਤੇ ਕਰੂਪ ਦਿਖਾਈ ਦਿੱਤੀ, ਸ਼ੀਸ਼ੇ ਦੇ ਨਾਲ ਤੈਨੂੰ ਵੀ ਤੋੜ ਦਿਆਂਗਾ, ਤੇਰੇ ਵੀ ਟੁਕੜੇ ਕਰ ਦਿਆਂਗਾ। ਤੈਨੂੰ ਇਤਨੀ ਅਕਲ ਨਹੀਂ, ਉਹ ਸ਼ੀਸ਼ਾ ਲੈ ਕੇ ਆ ਜਿਸ ਵਿੱਚ ਮੈਂ ਖੂਬਸੂਰਤ ਦਿਖਾਈ ਦੇ। ਕੰਧ ਦਾ ਹੋਇਆ ਨੌਕਰ ਬਾਹਰ ਗਿਆ, ਉਹਨੇ ਦੇਖਿਆ ਹੁਣ ਤੇ ਟੁਕੜੇ ਹੀ ਹੋਣਗੇ, ਆਪਣੇ ਵੀ ਹੋਣਗੇ, ਸਾਡੀ ਵੀ ਖੈਰ ਕੋਈ ਨਹੀਂ। ਉਹਦੇ ਚਿਹਰੇ ਦੀ ਹਾਲਤ, ਉਹਦੇ ਕੰਬਦੇ ਹੱਥਾਂ ਨੂੰ ਵੇਖ ਕੇ ਰਸਤੇ ਚ ਇੱਕ ਸਨ ਸਾਈ ਲੋਕ ਫਕੀਰ ਮਿਲ ਗਏ। ਉਹਨਾਂ ਆਖਿਆ, ਪੁਰਖਾ ਗੱਲ ਕੀ ਹੈ, ਇੰਨਾ ਘਬਰਾਇਆ, ਇਤਨਾ ਬੇਚੈਨ, ਇਤਨਾ ਪਰੇਸ਼ਾਨ, ਇਤਨਾ ਘਬਰਾਇਆ, ਇਤਨਾ ਡਰਿਆ। ਸਾਰੀ ਵਿਥਿਆ ਸੁਣਾ ਦਿੱਤੀ, ਸਾਰੀ ਵਿਥਿਆ ਸੁਣਾ ਦਿੱਤੀ। ਫਕੀਰ ਕਹਿਣ ਲੱਗਾ, ਇੰਜ ਕਰ, ਤੂੰ ਸ਼ੀਸ਼ਾ ਲੈਣ ਨਾ ਜਾ, ਅਸੀਂ ਖੁਦ ਹੀ ਸ਼ੀਸ਼ੇ ਆਉਂਦੇ ਹਾਂ, ਸਾਨੂੰ ਲੈ ਜਾ, ਅਸੀਂ ਤੇਰੇ ਨਾਲ ਚੱਲਦੇ ਹਾਂ, ਤੇਰਾ ਮਸਲਾ ਹੱਲ ਕਰਾਂਗੇ। ਵਾਕਈ ਫਕੀਰ ਸ਼ੀਸ਼ਾ ਹੁੰਦੇ ਨੇ, ਸਾਰੇ ਅਵਤਾਰ ਸ਼ੀਸ਼ਾ ਹੁੰਦੇ ਨੇ, ਕੌਮਾਂ ਦਾ, ਲੋਕਾਂ ਦਾ, ਮਨੁੱਖਾਂ ਦਾ, ਸਮਾਜ ਦਾ, ਜੈਸਾ ਚਿਹਰਾ ਹੁੰਦਾ ਉਹਨਾਂ ਦੇ ਸਾਹਮਣੇ ਰੱਖਦੇ ਨੇ, ਤੇ ਸਮਾਜ ਪ੍ਰਤੀ ਤਵੀ ਤੇ ਬਿਠਾ ਦਿੰਦਾ, ਸੋਲੀ ਤੇ ਲਟਕਾ ਦਿੰਦਾ, ਸ਼ੀਸ਼ੇ ਤੋੜਦਾ। ਪਤਾ ਨਹੀਂ ਸਮਾਜ ਨੇ ਕਿਤਨੇ ਸ਼ੀਸ਼ੇ ਤੋੜੇ। ਹਰ ਅਵਤਾਰ ਸੰਤ ਸ਼ੀਸ਼ਾ ਹੁੰਦਾ, ਸਮਾਜ ਦੀ ਰੂਪ ਰੇਖਾ ਕਰੂਪਤਾ ਉਸਦੇ ਸਾਹਮਣੇ ਰੱਖ ਦਿੰਦਾ, ਰਾਜਨੀਤੀ ਦੀ ਕਰੂਪਤਾ ਉਹਦਾ ਰੂਪ ਉਸਦੇ ਸਾਹਮਣੇ ਰੱਖ ਦਿੰਦਾ, ਕਾਰੋਬਾਰ ਦੀ ਕਰੂਪਤਾ ਉਹਦੇ ਸਾਹਮਣੇ ਰੱਖ ਦਿੰਦਾ। ਕੋਈ ਆਪਣੇ ਆਪ ਨੂੰ ਕਰੂਪ ਨਹੀਂ ਦੇਖਣਾ ਚਾਹੁੰਦਾ, ਕੋਈ ਵੀ ਨਹੀਂ ਦੇਖਣਾ ਚਾਹੁੰਦਾ। ਤਾਂ ਫਿਰ ਕੀ ਕਰੀਏ, ਤੋੜੋ ਸ਼ੀਸ਼ੇ, ਤੋੜੋ ਸ਼ੀਸ਼ੇ। ਸ਼ੀਸ਼ਾ ਨਾਜ਼ੁਕ ਬੜਾ ਹੁੰਦਾ, ਸ਼ੀਸ਼ਾ ਕੋਮਲ ਬੜਾ ਹੁੰਦਾ, ਔਰ ਯਕੀਨ ਜਾਣੋ ਪੱਥਰ ਠੋਸ ਬੜਾ ਹੁੰਦਾ, ਸਖਤ ਬੜਾ ਹੁੰਦਾ। ਦੇਰ ਨਹੀਂ ਲੱਗਦੀ ਸ਼ੀਸ਼ੇ ਨੂੰ ਟੁੱਟਦਿਆਂ, ਜਿਸ ਦੇ ਵਿੱਚ ਕੋਈ ਖੂਬੀ ਹੈ ਨਾਜ਼ੁਕ ਹੋਵੇਗਾ। ਜ਼ਿੰਦਗੀ ਨਾਜ਼ੁਕ ਹੁੰਦੀ ਹੈ,
ਇਹ ਵੀ ਮੈਂ ਅਰਜ਼ ਕਰ, ਜਿਤਨਾ ਜ਼ਿਆਦਾ ਜੀਵਨ ਹੋਵੇਗਾ ਨਾਜ਼ੁਕ ਹੋਵੇਗਾ। ਕੁਛ ਅਰਸਾ ਸੱਜਣ ਨੇ ਅਸੀਂ ਤਰਕ ਕੀਤੀ ਵੀ 90 ਸਾਲ ਤੱਕ ਔਰੰਗਜ਼ੇਬ ਜ਼ਿੰਦਾ ਰਿਹਾ, ਤਖ਼ਤ ਤੇ ਹੀ ਮਰਿਆ, ਰਾਜ ਕਰਦਾ ਹੀ ਮਰਿਆ, ਤੇ 42 ਸਾਲ ਵਿੱਚ ਰੁਖਸਤ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇੰਨੀ ਛੋਟੀ ਆਈ ਉਹ ਜ਼ਾਲਮ 90 ਸਾਲ ਤੱਕ ਜ਼ਿੰਦਾ ਰਿਹਾ ਔਰ 90 ਸਾਲ ਤੱਕ ਜ਼ੁਲਮ ਕਰਦਾ ਰਿਹਾ। 42 ਸਾਲ ਵਿੱਚ ਰੁਖਸਤ ਹੋ ਗਏ, ਅੰਦਰੋਂ ਉਸਦੇ ਸ਼ੱਕ ਸੀ ਇਹ ਰੱਬ ਰੋਗ ਕੁਛ ਵੀ ਨਹੀਂ ਹੈ, ਇਸ ਬਿਨਾਹ ਤੋਂ ਮੇਰੇ ਨਾਲ ਗੱਲ ਕਰ ਰਿਹਾ ਸੀ। ਉਹ ਮਹਾਨ ਜ਼ਾਲਮ 90 ਸਾਲ ਤੱਕ ਜ਼ਿੰਦਾ ਰਿਹਾ ਔਰ ਉਹ ਮਹਾਨ ਦਇਆਲੂ ਪਰਉਪਕਾਰੀ ਸਿਰਫ 42 ਸਾਲ ਵਿੱਚ ਰੁਖਸਤ ਹੋ ਗਏ। ਮੈਂ ਉਹਨੂੰ ਆਖਿਆ ਮਿੱਤਰਾ ਇਸ ਢੰਗ ਨਾਲ ਵੀ ਸੋਚ, ਕੰਢੇ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਹੈ, ਫੁੱਲ ਦੀ ਉਮਰ ਤੇ 2-3 ਦਿਨ ਦੀ ਆਉਂਦੀ, ਫੁੱਲ ਦੀ ਉਮਰ ਲੰਬੀ ਨਹੀਂ ਆਉਂਦੀ, ਕੰਢੇ ਦੀ ਲੰਬੀ। ਕੰਢਾ ਠੋਸ ਹੈ, ਸਖਤ ਹੈ, 90 ਸਾਲ ਕੰਢੇ ਦੀ ਤਰ੍ਹਾਂ ਜੀਵਣਾ ਤੇ ਚੁਭਦੇ ਰਹਿਣਾ ਸਮਾਜ ਨੂੰ ਦੁਨੀਆ ਨੂੰ, ਬਿਹਤਰ ਹੈ 2 ਦਿਨ ਫੁੱਲ ਦੀ ਜ਼ਿੰਦਗੀ ਜੀਵਣਾ। ਕੁਝ ਖੁਸ਼ਬੂ ਤੇ ਵੰਡੀ, ਕੁਝ ਮੁਅੱਤਰ ਤੇ ਕੀਤਾ, ਕੁਝ ਸੌਪਣ ਤੇ ਵੰਡਿਆ, ਕੁਝ ਖੇੜਾ ਤੋਂ ਖਿਲੇ ਰਿਹਾ, ਕੀ 90 ਸਾਲ ਤੱਕ ਚੁਭਦਾ ਹੀ ਰਹੇ, ਖਰਾਸ਼ਾਂ ਪਹੁੰਚਾਉਂਦਾ ਹੀ ਰਹੇ। ਜਿੱਥੇ ਜਿਤਨਾ ਜ਼ਿਆਦਾ ਜੀਵਨ ਹੋਵੇਗਾ ਨਾਜ਼ੁਕ ਹੋਵੇਗਾ, ਜਿੱਥੇ ਜੀਵਨ ਹੀ ਨਹੀਂ ਉਹਨੂੰ ਕੋਈ ਖਤਰਾ ਵੀ ਨਹੀਂ, ਜੀਵਨ ਨੂੰ ਹੀ ਖਤਰਾ ਹੁੰਦਾ। ਦੇਖੋ ਜੀਵਦੇ ਜਾਗਦੇ ਮਨੁੱਖ ਨੂੰ ਖਤਰਾ ਹੈ, ਕਬਰਾਂ ਨੂੰ ਕੀ ਖਤਰਾ ਹੈ? ਕਬਰਾਂ ਵਿੱਚ ਪਏ ਮੁਦਰਿਆਂ ਨੂੰ ਖਤਰਾ ਹੈ, ਜੇ ਉਹਨੂੰ ਆਖੋ ਐਟਮ ਬੰਬ ਕਰਨ ਵਾਲਾ, ਤੇ ਜਿਹੜੇ ਕਬਰਾਂ 'ਚ ਪਏ ਨੇ ਮੁਰਦੇ ਉਹਨਾਂ ਨੂੰ ਆਖੋ ਐਟਮ ਬੰਬ ਕਰਨ ਵਾਲਾ, ਉਹਨੂੰ ਕੀ ਖਤਰਾ ਹੈ? ਜੀਵਦੇ ਜਾਗਦੇ ਮਨੁੱਖ ਨੂੰ ਖਤਰਾ ਹੈ, ਮੁਰਦੇ ਨੂੰ ਕੀ ਖਤਰਾ ਹੈ? ਬਿਮਾਰੀਆਂ ਦਾ ਖਤਰਾ ਜੀਵਦੇ ਜਾਗਦੇ ਮਨੁੱਖ ਨੂੰ ਹੈ। ਇੱਕ ਮੁਰਦਾ ਪਿਆ ਉਹਨੂੰ ਆਖੇ ਬਿਮਾਰੀ ਦੀ ਵਬਾਹ ਚੱਲੀ ਹੋਈ ਹੈ, ਨਜ਼ਲਾ ਫੈਲਿਆ ਹੋਇਆ, ਪਲੂ ਬੜਾ ਫੈਲਿਆ ਹੋਇਆ, ਕਿਤੇ ਤੈਨੂੰ ਨਾ ਲੱਗ ਜਾਏ, ਕੀ ਲੱਗ ਜਾਏਗਾ ਮੁਰਦੇ? ਮੁਰਦਾ ਖਤਰੇ 'ਚ ਨਹੀਂ ਆਉਂਦਾ, ਮੁਰਦਾ ਕੌਮਾਂ ਖਤਰੇ 'ਚ ਨਹੀਂ ਆਉਂਦੀਆਂ, ਮੁਰਦਾ ਦੇਸ਼ ਖਤਰੇ 'ਚ ਨਹੀਂ ਆਉਂਦਾ। ਸ਼ੀਸ਼ਾ ਨਾਜ਼ੁਕ ਹੈ, ਪਤਾ ਨਹੀਂ ਕਿਤਨੇ ਪੱਥਰਾਂ ਨੇ, ਕਿਤਨੇ ਕਠੋਰ ਦਿਲਾਂ ਨੇ ਇਸ ਤਰ੍ਹਾਂ ਦੇ ਸ਼ੀਸ਼ੇ ਤੋੜੇ ਨੇ, ਤੋੜ ਦਿੱਤਾ ਮਨਸੂਰ ਨੂੰ, ਸੁਕਰਾਤ ਨੂੰ, ਈਸਾ ਨੂੰ ਸੂਲੀ ਤੇ ਚੜ ਦਿੱਤਾ, ਚਾਂਦਨੀ ਚੌਂਕ ਵਿੱਚ ਇੱਕ ਮਹਾਨ ਦਰਪਣ ਨੂੰ ਤੋੜ ਦਿੱਤਾ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਅਰਜਨ ਦੇਵ ਜੀ ਲਾਹੌਰ ਦੇ ਸ਼ਾਹ, ਬੂਤ ਨੂੰ ਬੇਤਾਲਾ ਕਹਿ ਦਿੱਤਾ ਗੁਰੂ ਨਾਨਕ ਨੂੰ, ਔਰ ਜੇਲ੍ਹ ਵਿੱਚ ਪਾਇਆ ਬਾਬਰ ਨੇ। ਕਸੂਰ ਬਸ ਮਨੁੱਖ ਦੀ ਕਰੂਪਤਾ ਸਾਹਮਣੇ ਰੱਖ ਦਿੱਤੀ, ਬਾਬਰ ਤੂੰ ਬਾਬਰ ਨਹੀਂ ਜਾਬਰ ਹੈ, ਮਲਕ ਬਾਬਰ ਤੂੰ ਦਾਨੀ ਨਹੀਂ ਕਸਾਈ ਹੈ। ਹੁਣ ਇਸ ਤਰ੍ਹਾਂ ਅਗਲੇ ਦਾ ਚਿਹਰਾ ਰੱਖੋ ਵੀ ਤੂੰ ਤੇ ਅਗਲਾ ਤੇ ਸ਼ੀਸ਼ਾ ਤੋੜੋ, ਇਹ ਸਾਨੂੰ ਕਰੂਪ ਕਿਉਂ ਦਿਖਾਉਂਦਾ? ਤਨ ਕਰੂਪ ਦਿਖਾਈ ਦੇ ਗਏ ਸ਼ੀਸ਼ੇ ਦੇ,
ਮਨੁੱਖ ਸਮਝ ਤੋਂ ਕੰਮ ਲੈ ਲੈਂਦਾ, ਸ਼ੀਸ਼ਾ ਨਾ ਤੋੜੀਏ ਸ਼ਾਇਦ ਅਸੀਂ ਇਸ ਤਰ੍ਹਾਂ ਹੀ ਹਾਂ। ਪਰ ਮਨ ਦੀ ਕਰੂਪਤਾ ਕੋਈ ਸਾਹਮਣੇ ਰੱਖਦੇ ਹੈ, ਐਸੇ ਦਰਪਣ ਤੋੜੇ ਜਾਂਦੇ, ਤੋੜੇ ਐਸੇ ਦਰਪਣ ਕਾਬਲੇ ਕਬੂਲ ਨਹੀਂ ਆਉਂਦੇ। ਹਰ ਮਹਾਂਪੁਰਸ਼ ਦਰਪਣ ਹੁੰਦਾ, ਹਰ ਅਵਤਾਰੀ ਪੁਰਸ਼ ਦਰਪਣ ਹੁੰਦਾ, ਸ਼ੀਸ਼ਾ ਹੁੰਦਾ, ਮਨੁੱਖਤਾ ਦੀ ਤਸਵੀਰ ਸਾਹਮਣੇ ਰੱਖ ਦਿੰਦਾ, ਉਹਦਾ ਚਿਹਰਾ ਉਹਨਾਂ ਦੇ ਸਾਹਮਣੇ ਰਹਿ ਰਹਿੰਦਾ, ਤਾਂ ਫਿਰ ਕਬੂਲ ਨਹੀਂ ਆਉਂਦਾ। ਕਬੀਰ ਹੀ ਜੇਲ੍ਹ ਵਿੱਚ ਨੇ, ਕਬੀਰ ਤੇ ਚੋਰੀ ਦਾ ਇਲਜ਼ਾਮ ਲੱਗਿਆ, ਯਾਰੀ ਦਾ ਇਲਜ਼ਾਮ ਲੱਗਿਆ, ਘਰ ਵਿੱਚ ਮੋਹਰਾਂ ਦੀ ਥੈਲੀ ਸੁੱਟ ਦਿੱਤੀ, ਚੋਰੀ ਦੇ ਇਲਜ਼ਾਮ ਵਿੱਚ ਪਕੜਵਾ ਲਿਆ। ਤਰ੍ਹਾਂ ਤਰ੍ਹਾਂ ਦੇ ਲਾਛਣ ਤੇ ਰੋਜ਼ ਲਾਉਂਦੇ ਸਨ, ਪਰ ਵੱਡਾ ਲਾਛਣ ਲਾਉਣਾ ਚੋਰ, ਗਨਕਾਂ ਨੂੰ ਵੇਚ ਕੇ, ਵੈਸ਼ਿਆਂ ਨੂੰ ਵੇਚ ਕੇ ਦੁਰਾਚਾਰੀ ਦਾ ਇਲਜ਼ਾਮ ਵੀ ਲਵਾ ਦਿੱਤਾ, ਔਰ ਕਾਫਰ ਹੋਣ ਦਾ ਵੀ ਇਲਜ਼ਾਮ ਲਵਾ ਦਿੱਤਾ, ਸਜ਼ਾਏ ਮੌਤ ਵੀ ਸੁਣਾ ਦਿੱਤੀ ਸਿਕੰਦਰ ਲੋਧੀ ਨੇ, ਹਾਥੀ ਦੇ ਅੱਗੋਂ ਮਾਰਨ ਵਾਸਤੇ ਸੁੱਟਿਆ, ਹਾਥੀ ਨੇ ਚੁੱਕ ਲਿਆ ਤੇ ਬਾਰ ਬਾਰ ਸਜਦਾ ਕੀਤਾ, ਜ਼ਜ਼ੀਰਾ ਨਾਲ ਬੰਨ ਕੇ ਗੰਗਾ ਛੁੱਟ ਦਿੱਤਾ, ਬਈ ਗੰਗਾ ਡੋਬ ਦੇਵੇਗੀ, ਪਰ ਲਹਿਰਾਂ ਦੇ ਥਪੇੜਿਆਂ ਨਾਲ ਜ਼ਜ਼ੀਰਾ ਖੁੱਲ ਗਈਆਂ, ਰਸੇ ਟੁੱਟ ਗਏ। ਐਸਾ ਕਿਹੜਾ ਤਸਈਆ ਹੈ ਜੋ ਕਬੀਰ ਨੂੰ ਮਿਲਦਾ ਨਹੀਂ? ਸਾਰਾ ਬਨਾਰਸ ਕਹਿੰਦਾ ਕਬੀਰ ਪਾਗਲ ਹੈ, ਪਾਗਲ ਹੈ। ਪਰ ਬਨਾਰਸ ਵਾਸੀਆਂ ਨੂੰ ਕੌਣ ਵੈਸੇ? ਇੱਕੋ ਹੀ ਤੇ ਬੰਦਾ ਹੈ ਜਿਹੜਾ ਸਿਆਣਾ, ਬਾਕੀ ਤੇ ਸਭ ਪਾਗਲਾਂ ਦੀ ਭੀੜ ਹੈ, ਸਭ ਪਾਗਲਾਂ ਦੀ। ਜ਼ਿੰਦਗੀ ਸਾਰੀ ਸੰਘਰਸ਼ ਵਿੱਚ ਕੱਢੀ, ਜਦ ਬੁੱਢੇ ਹੋ ਗਏ ਨਾ, ਤਾਂ ਕਬੀਰ ਕਹਿੰਦੇ ਨਾ ਆਪਾਂ ਬਨਾਰਸ ਛੱਡ ਦਈਏ, ਮੌਲਵੀ ਤੰਗ ਕਰ ਦੇਣ, ਬ੍ਰਾਹਮਣ ਤੰਗ ਕਰ ਦੇਣ, ਭਾਵੇਂ ਮੈਂ ਕਹਿ ਦਿੱਤਾ ਹਮਰਾ ਝਗੜਾ ਰਹਾ ਨਾ ਕਹੋ, ਪੰਡਤ ਮੂਲਾਂ ਛਾਡੋ ਦੋ, ਦੋਵੇਂ ਛੱਡ। ਪੰਡਤ ਮੂਲਾਂ ਜੋ ਲਿਖ ਲਈਆ, ਛਾਡ ਚਲੇ ਹਮ ਕਿਛੂ ਨਾ ਲਈਆ, ਮੈਂ ਪੰਡਤਾਂ ਦੇ ਲਿਖੇ ਹੋਏ ਗ੍ਰੰਥ, ਮੈਂ ਮੌਲਵੀਆਂ ਦੀਆਂ ਲੇਖਣੀਆਂ ਛੋੜ ਦਿੱਤੀਆਂ, ਛੋੜ ਦਿੱਤੀਆਂ। ਕਿਉਂ? ਨਾ ਹਮ ਹਿੰਦੂ ਨਾ ਮੁਸਲਮਾਨ, ਅੱਲੇ ਰਾਮ ਕੇ ਪਿੰਡ ਪ੍ਰਾਣ ਕਬੀਰ ਦੇ ਬੋਲਣੇ, ਇਹ ਪ੍ਰਾਣ ਰਾਮ ਦੇ ਨੇ, ਇਹ ਸਰੀਰ ਅੱਲਾ ਦਾ ਹੈ, ਅੱਲਾ ਕਹਿਣ ਵਿੱਚ ਮੈਨੂੰ ਸੰਕੋਚ ਨਹੀਂ, ਰਾਮ ਨਾਮ ਜਪਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਹਿੰਦੂ ਨਹੀਂ ਮੁਸਲਿਮ ਨਹੀਂ। ਸੰਘਰਸ਼ ਰਿਹਾ ਬੜਾ, ਰੋਜ਼ ਰੋਜ਼ ਬਿਰਧ ਹੋ ਗਿਆ ਨਾ, ਤੋ ਫੈਸਲਾ ਕੀਤਾ ਲੋਈ ਨੂੰ, ਕਹਿਣ ਲੱਗੇ ਆਪਾਂ ਬਨਾਰਸ ਛੱਡ ਦੇਣੇ। ਕਿੱਥੇ ਜਾਣਾ? ਮਗਹਰ ਜਾਣਾ, ਸ਼ਾਇਦ ਆਪ ਨੂੰ ਪਤਾ ਹੋਵੇ, ਤੁਹਾਡੇ ਵਿੱਚ ਕੋਈ ਗਿਆ ਹੋਵੇ, ਜ਼ਿਲ੍ਹਾ ਗੋਰਖਪੁਰ ਯੂਪੀ, ਉਹਦੇ ਨੇੜੇ ਇੱਕ ਕਸਬਾ 15 ਮੀਲ ਦੀ ਦੂਰੀ, ਮਗਹਰ। ਉਹਦੇ ਬਾਰੇ ਇਹ ਗਾਥਾਵਾਂ ਸੁਣਾਈਆਂ ਜਾਂਦੀਆਂ ਬ੍ਰਾਹਮਣਾਂ ਦੁਆਰਾ ਕਿ ਗਣੇਸ਼ ਨੇ ਸ਼ਰਾਪ ਦਿੱਤਾ, ਇੱਥੇ ਜਿਹੜਾ ਰਵੇਗਾ ਤੇ ਮਰ ਜਾਏਗਾ, ਖੋਤੇ ਦੀ ਰੁਣ ਜਾਏਗਾ। ਕਬੀਰ ਕਹਿੰਦੇ ਆਪਾਂ ਮਗਹਰ ਚੱਲਣਾ, ਤਿਆਰੀ ਕਰ ਲਈ ਸਾਰਾ ਸਮਾਨ ਬੈਲ ਗੱਡੀ ਤੇ ਬਣ ਕੇ, ਮਿੱਤਰਾਂ ਦੋਸਤਾਂ ਤੋਂ ਵਿਦਾਇਗੀ ਲਈ ਆਪਾਂ ਮਗਹਰ ਚੱਲੇ। ਉਹ ਜਿਹੜੇ ਈਰਖਾਲੂ ਸਨ, ਰੋਜ਼ ਲੜਦੇ ਸਨ, ਇਲਜ਼ਾਮ ਲਾਉਂਦੇ ਸਨ, ਚਾਹੁੰਦੇ ਸਨ ਕਿਸੇ ਤਰੀਕ ਨਾਲ ਇਹਦਾ ਖਾਤਮਾ ਕਰੀਏ, ਉਹ
ਹੁਣ ਜੋ ਕੁਛ ਕਹਿੰਦੇ ਨੇ ਕਬੀਰ ਆਪਣੇ ਬੋਲਾਂ ਦੇ ਰਾਹੀਂ ਸਾਡੇ ਸਾਹਮਣੇ ਰੱਖਦਾ ਹੈ। ਸਗਲ ਜਨਮ ਸਿਵ ਪੁਰੀ ਬਿਤਾਇਆ, ਮਰਤੇ ਬਾਰ ਮਰਦ ਹਰ ਉੱਠਦਾ ਆਇਆ, ਕਾਸੀ ਮਗਹਰ ਸਮੰਦੀ ਚਾਰੀ, ਓਛੀ ਭਗਤ ਕੈਸੇ ਉਤਰਸ ਪਾਰੀ। ਇਹ ਬੜਾ ਹੋਛਾ ਭਗਤ ਹੈ, ਕਿਸੇ ਕੰਮ ਦਾ ਨਹੀਂ। ਇਹਨੇ ਕਾਸ਼ੀ ਤੇ ਮਗਹਰ ਨੂੰ ਇੱਕੋ ਹੀ ਸਮਝ ਲਿਆ, ਸਾਰਾ ਜੀਵਨ ਤੇ ਕਾਸ਼ੀ ਚ ਬਤੀਤ ਕੀਤਾ ਤੇ ਮਰਨ ਲੱਗਿਆ ਜਾ ਰਿਹਾ ਮਗਹਰ ਵਿੱਚ, ਉੱਥੇ ਮਰ ਕੇ ਲੋਕੀ ਖੋਤੇ ਬਣਦੇ। ਕਾਸੀ ਮਗਹਰ ਸਮਝ ਵਿਚਾਰੀ, ਓਛੀ ਭਗਤ ਕੈਸੇ ਤਰਸ ਪਾਰੀ। ਬਨਾਰਸ ਵਿੱਚ ਰਿਹਾ, ਗਾਲਾਂ ਕੱਢਦੇ ਰਹੇ, ਵਿਚਾਰਾ ਬਨਾਰਸ ਛੋੜ ਰਿਹਾ, ਹੁਣ ਵੀ ਗਾਲਾਂ ਕੱਢਦੇ ਨੇ। ਹੋਛ ਲੋਕੀ ਮਰਨ ਵਾਸਤੇ ਬਨਾਰਸ ਆਉਂਦੇ ਨੇ ਤੇ ਉਹਦਾ ਮਰਨ ਦਾ ਸਮਾਂ ਆਇਆ, ਛੋੜ ਰਿਹਾ ਜਾ ਰਿਹਾ। ਅੱਜ ਵੀ ਮਨੋਤ ਹੈ ਕਮ ਸੇ ਕਮ 350 ਦੇ ਕਰੀਬ ਰੋਜ਼ ਮੁਰਦੇ ਮੈਣ ਕਣਕਾ ਘਾਟ ਜਲਾਏ ਜਾਂਦੇ ਦਿਨ ਦਿਨ ਨੂੰ, ਇਤਨੇ ਹੀ ਰਾਤ। ਮੈਂ ਉਸ ਬ੍ਰਾਹਮਣਾ ਕੋਲ ਪੁੱਛੀ ਸੀ ਇੱਕ ਦਿਨ, ਸਾਰੇ ਦਿਨ ਬੈਠੇ ਰਹੇ ਸੀ, ਸਾਰੇ ਸਾਥੀਆਂ ਨੂੰ ਲੈ ਗਏ ਸੀ। ਮੈਂ ਕਿਹਾ ਦੇਖੋ ਲਖਨਊ ਤੋਂ ਲਾਸ਼ਾਂ ਆਉਂਦੀਆਂ ਨੇ, ਕਾਨਪੁਰ ਤੋਂ ਆਉਂਦੀਆਂ, ਦਿੱਲੀ ਤੋਂ ਜਾਂਦੀਆਂ, ਕਲਕੱਤੇ ਤੋਂ ਮੁਰਦੇ ਆਉਂਦੇ ਨੇ। ਖਿਆਲ ਹੈ ਜਿਹੜਾ ਬਨਾਰਸ ਵਿੱਚ ਮਰੇਗਾ ਉਹ ਸਿੱਧਾ ਸ਼ਿਵਾਂ ਦੀ ਪੁਰੀ ਜਾਏ, ਬਸ ਮਰਨਾ ਹੀ ਕਾਫੀ ਹੈ, ਉਹ ਕੁਛ ਕਰਨ ਦੀ ਲੋੜ ਨਹੀਂ, ਮਰਨਾ ਹੀ ਕਾਫੀ। ਤੋ ਮੁਰਦਿਆਂ ਦੀ ਭਰਮਾਰ ਰਹਿੰਦੀ, ਲਾਸ਼ਾਂ ਦੀਆਂ ਗੱਡੀਆਂ ਆਮ ਚੱਲਦੀਆਂ ਨੇ, ਮੁਰਦਿਆਂ ਨੂੰ ਉਡਾਉਂਦੀਆਂ ਨੇ, ਬੜੀ ਭੀੜ ਰਹਿੰਦੀ ਹੈ ਇੱਕ ਘਾਟ ਤੇ, ਮਣੀ ਕਣਕਾ ਘਾਟ ਤੇ। ਬ੍ਰਾਹਮਣ ਕਹਿੰਦੇ ਲੋਕੀ ਮਰਨ ਵਾਸਤੇ ਇੱਥੇ ਆਉਂਦੇ ਨੇ, ਇਹ ਬੁੱਢਾ ਹੋਇਆ ਮਰਨ ਲੱਗਿਆ ਮਗਹਰ ਜਾ ਰਿਹਾ, ਜਿੱਥੇ ਮਰ ਕੇ ਲੋਕੀ ਖੁਰਤੇ ਬਣਦੇ ਨੇ। ਲੋਕ ਵੀ ਕਹਿਣ ਲੱਗੇ ਹੁਣ ਆਖਰੀ ਸਮੇਂ ਚ ਕੀ ਛੋੜਨਾ, ਬਨਾਰਸ ਇੱਥੇ ਹੀ ਰਹੋ। ਕਬੀਰ ਕਹਿੰਦੇ ਨੇ ਕਹਿਤ ਕਬੀਰ ਸੁਨੋਰੀ ਲੋਈ, ਭਰਮ ਨਾ ਭੂਲੋ ਕੋਈ, ਕਿਆ ਕਾਸ਼ੀ ਕਿਆ ਉਖਰ ਮਗਹਰ ਰਾਮ ਰਿਦੇ ਜੋ ਹੋਈ। ਕੀ ਕਾਸ਼ੀ ਤੇ ਕੀ ਮਗਹਰ, ਇਹਦੇ ਚ ਰਾਮ ਹੋਣਾ ਚਾਹੀਦਾ। ਮਗਹਰ ਵਿੱਚ ਜਾ ਕੇ ਗੁਜ਼ਰੇ, ਸਰੀਰ ਦਾ ਤਿਆਗ ਮਗਹਰ ਵਿੱਚ ਕੀਤਾ। ਮੈਂ ਜਦ ਗੋਰਖਪੁਰ ਗਿਆ, ਗੱਲ ਬਹੁਤ ਪੁਰਾਣੀ ਹੈ, ਤੇ ਮੈਂ ਕਿਹਾ ਮਗਹਰ ਵੀ ਵੇਖਣਾ। ਮੈਂ ਉੱਥੋਂ ਦੇ ਮੁੰਤਜ਼ਮਾਂ ਨੂੰ ਕਿਹਾ ਮੈਂ ਗੱਡੀ ਦਾ ਇੱਕ ਇੰਤਜ਼ਾਮ ਕਰ ਦਊਂ, ਮੈਂ ਮਗਹਰ ਜਾਣਾ। ਮੇਰੇ ਬੋਲ ਸੁਣ ਕੇ ਆਸਦਾ, ਕਹਿੰਦੇ ਗਿਆਨ ਜੀ ਉੱਥੇ ਤਾਂ ਕੋਈ ਵੀ ਨਹੀਂ ਜਾਂਦਾ। ਮੈਂ ਕਿਹਾ ਕਬੀਰ ਗਿਆ ਸੀ ਕਿ ਨਹੀਂ, ਆਪਾਂ ਉਹਦੀ ਸਮਾਧ ਦੇਖਣ ਜਾਣਾ। ਉਦੋਂ ਤੇ ਕੋਈ 15-20 ਜੁਲਾਈਆਂ ਦੇ ਉੱਥੇ ਘਰ ਸਨ ਮੁਸਲਮਾਨਾਂ ਦੇ, ਹੁਣ ਸੁਣਿਆ ਚੰਗਾ ਤਗੜਾ ਕਸਬਾ ਬਣ ਗਿਆ। ਜਦ ਮੈਂ ਪਹੁੰਚਿਆ ਤੇ ਮੈਂ ਦੇਖ ਕੇ ਹੈਰਾਨ ਹੋਇਆ, ਇੱਕ ਪਾਸੇ ਬ੍ਰਾਹਮਣ ਬੈਠਾ ਹੋਇਆ ਸਮਾਧ ਤੇ, ਤੇ ਮੈਨੂੰ ਕਹਿਣ ਲੱਗਾ ਸਰਦਾਰ ਜੀ ਇਹ ਸੰਤ ਕਬੀਰ ਕੀ ਸਮਾਧ ਹੈ, ਬੜੇ ਵਿਆਖਿਆ ਥੇ, ਬੜੇ ਉਪਨਿਸ਼ਦੋਂ ਕੇ ਪੰਡਿਤ ਥੇ, ਸਮਾਧੀ ਲੀਨ ਥੇ, ਬ੍ਰਹਮਲੀਨ ਪੁਰਸ਼ ਹੈ, ਬੜੀਆਂ ਬੜੀਆਂ ਗੱਲਾਂ ਕਰ। ਉਧਰ ਮਜੌਰ ਖਿੱਚੇ ਇੱਕ ਪਾਸੇ, ਮਜੌਰ ਬੈਠਾ ਦੂਜੇ ਪਾਸੇ, ਕਹਿਣ ਲੱਗੇ ਇਹ ਸੂਫੀ ਸੰਤ ਥੇ, ਵਲੀ ਅੱਲਾ ਥੇ, ਉਹ ਬੜੀਆਂ ਖੂਬੀਆਂ ਬਿਆਨ ਕਰ। ਉਹ ਆਪਣੇ ਕੋਲ ਖਿੱਚੇ,
ਬ੍ਰਾਹਮਣ ਆਪਣੇ ਕੋਲ ਖਿੱਚੇ, ਮੇਰੇ ਕੋਲ ਵੀ ਨਹੀਂ ਰਿਹਾ ਗਿਆ। ਮੈਂ ਕਿਹਾ ਤੁਹਾਥੋਂ ਤੰਗ ਆ ਕੇ ਤੇ ਵਿਚਾਰਾ ਇੱਥੇ ਆਇਆ ਸੀ, ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡਿਆ, ਇੱਥੇ ਵੀ ਖੇੜਾ ਨਹੀਂ ਛੱਡਿਆ, ਕਿਤੇ ਤੁਹਾਥੋਂ ਤੰਗ ਹੋ ਕੇ ਛੋੜ ਕੇ ਆਇਆ ਸੀ ਬਨਾਰਸ, ਤੁਸੀਂ ਇੱਥੇ ਵੀ ਬੈਠ ਗਏ, ਵੀ ਸਮਾਜ ਤੇ ਵੀ ਬੈਠ ਗਏ, ਜਦ ਕੋਈ ਤੁਹਾਨੂੰ ਮੰਨਦਾ ਹੀ ਨਹੀਂ। ਹਮਰਾ ਝਗੜਾ ਰਹਾ ਨਾ ਕਹੋ, ਪੰਡਤ ਮੌਲਾ ਛਾੜੇ ਰਹੋ। ਪੰਡਿਤ ਮੌਲਾ ਜੋ ਲਿਖਦੇ ਆ ਸਾਧ ਚਲੇ, ਹਮ ਕਿਛੋ ਨਾ ਲਈਆ। ਖੱਤਰੀਆਂ ਤਾਂ ਧਰਮ ਛੋੜਿਆ, ਮਨੇ ਚ ਬਾਖਿਆ ਗਈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸ੍ਰੇਸ਼ਟ ਸਭ ਇੱਕ ਵਾਰ ਨਾ ਹੋਈ, ਧਰਮ ਕਿਉਂ ਜਿੱਤ ਰਹੀ। ਮਨੁੱਖ ਨਾਲ ਧਰਮ ਨਹੀਂ ਚੱਲਦੇ, ਬਾਕੀ ਸਭ ਕੁਝ ਚੱਲ ਰਿਹਾ, ਸਮਾਜ ਚੱਲ ਰਿਹਾ, ਮਨੁੱਖ ਨਾਲ ਕਾਰੋਬਾਰ ਧੰਦਾ ਚੱਲ ਰਿਹਾ, ਮਨੁੱਖ ਨਾਲ ਰਾਜਨੀਤੀ ਚੱਲ ਰਹੀ ਹੈ, ਮਨੁੱਖ ਨਾਲ ਧਰਮ ਨਹੀਂ ਚੱਲ ਰਿਹਾ। ਇਹਦੀ ਚਾਲ ਦੱਸ ਦਿੰਦੀ ਹੈ ਧਰਮ ਵਹਿ ਨਹੀਂ ਚੱਲ ਰਿਹਾ, ਇਹਦੀ ਚਾਲ ਦੱਸ ਦਿੰਦੀ ਹੈ ਧੰਦਾ ਚੱਲ ਰਿਹਾ, ਰਾਜਨੀਤੀ ਚੱਲ ਰਹੀ ਹੈ, ਸਭ ਕੁਝ ਦਿਖਾਈ ਦੇ ਜਾਂਦਾ ਹੈ। ਔਰ ਪਰਿਵਾਰ ਚੱਲ ਰਿਹਾ, ਸਮਾਜ ਚੱਲ ਰਿਹਾ, ਧਰਮ ਨਹੀਂ ਚੱਲ ਰਿਹਾ। ਧਰਮ ਕੀ ਗਤ ਰਹੇ, ਕਿਉਂ? ਸ੍ਰਿਸ਼ਟੀ ਸਭ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ। ਕਿਹੜਾ ਵਰਨ? ਵੈਸ਼। ਮੈਂ ਫਿਰ ਅਰਜ਼ ਕਰਾਂ, ਵੈਸ਼ ਕਿਸ ਨੂੰ ਕਹਿੰਦੇ ਨੇ? ਜਿਹਦੇ ਸਾਹਮਣੇ ਧਨ ਹੀ ਮਹਾਨ ਹੈ, ਬਾਕੀ ਕੁਛ ਵੀ ਨਹੀਂ। ਉਹ ਧਨ ਦੀ ਖਾਤਰ ਧਰਮ ਵੇਚ ਸਕਦਾ, ਧਨ ਦੀ ਖਾਤਰ ਇਮਾਨ, ਅਣਕ, ਵੈਰ, ਕੌਮ, ਦੇਸ਼, ਇੱਜ਼ਤ, ਅਸਮਤ ਸਭ ਕੁਝ ਵੇਚ ਸਕਦਾ। ਵੈਸ਼ ਸ਼ਬਦ ਸੰਸਕ੍ਰਿਤ ਦਾ ਹੈ, ਇਹਦੇ ਮੁਕਾਬਲੇ ਇੱਕ ਹੋਰ ਸ਼ਬਦ ਹੈ ਪਰਸ਼ੀਅਨ ਦਾ, ਵੈਸ਼ੀਆ। ਵੈਸ਼ੀਆ ਜੋ ਸਰੇ ਆਮ ਆਪਣੀ ਅਸਮਤ ਵੇਚੇ, ਆਪਣਾ ਜਿਸਮ ਵੇਚੇ, ਵੈਸ਼ੀਆ। ਵੈਸ਼ੀਆ ਪਰ ਜੋ ਸਿਰਫ ਇੱਜ਼ਤ ਹੀ ਨਹੀਂ, ਅਸਮਤ ਹੀ ਨਹੀਂ, ਦੇਸ਼ ਵੇਚੇ, ਕੌਮ ਵੇਚੇ, ਧਰਮ ਵੇਚੇ, ਇਮਾਨ ਵੇਚੇ, ਅਣਕ ਵੇਚੇ, ਇੱਜ਼ਤ ਵੇਚੇ, ਅਸਮਤ ਵੇਚੇ, ਵੈਸ਼। ਵੈਸ਼ ਵੈਸ਼ ਨਾਲ ਧਰਮ ਨਹੀਂ ਚੱਲਦਾ, ਕਿਉਂਕਿ ਧਰਮ ਦੇ ਹੱਥ ਆਇਆ ਤਾਂ ਉਹਨੇ ਧਰਮ ਨੂੰ ਵੇਚ ਦੇਣਾ। ਮਿਰਜ਼ਾ ਗਾਲਿਬ ਕਹਿੰਦੇ ਨੇ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੋ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਅਤੇ ਰੱਬ ਨੂੰ ਵੀ ਵੇਚ ਦੇਣਗੇ ਜੇ ਉਹਨਾਂ ਦੇ ਹੱਥ ਕਿਧਰੇ ਰੱਬ ਆ ਗਿਆ। ਉਹਨਾਂ ਨੂੰ ਰੱਬ ਨਹੀਂ ਚਾਹੀਦਾ। ਲੋਕੀ ਬਾਹਰ ਜਾਂਦੇ ਨੇ, ਗੁਰੂ ਕੇ ਸਿੱਖ ਪਹਿਲੇ ਦਾੜੀ ਕੇਸ ਮਨਾਉਂਦੇ। ਧਨ ਹੀ ਮਹਾਨ ਹੈ, ਗੁਰੂ ਕੀ ਰਹਿਤ ਕੀ ਮੈਨੂੰ ਵੇਖਦੀ, ਕੁਛ ਵੀ ਨਹੀਂ। ਵੇਚਿਆ ਜਾ ਸਕਦਾ ਹੈ ਰਹਿਤ ਬੈਤ ਨੂੰ, ਵੇਚਿਆ ਜਾ ਸਕਦਾ ਹੈ ਧਰਮ ਨੂੰ, ਵੇਚਿਆ ਜਾ ਸਕਦਾ ਹੈ ਇਮਾਨ ਨੂੰ, ਕੌਮ ਨੂੰ। ਕੋਈ ਦੇਸ਼ ਵੇਚਣ ਵਾਸਤੇ ਦੇਸ਼ ਦੇ ਰਾਜ ਦੱਸ ਦਿੰਦੇ ਨੇ, ਸੀਕਰੇਟ ਦੱਸ ਦਿੰਦੇ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਵੈਸ਼ ਹੋ ਗਈ, ਸਾਰੀ ਸ੍ਰਿਸ਼ਟੀ। ਲੋਕ ਪ੍ਰਧਾਨ ਹੋ ਗਏ, ਲੋਕ ਪ੍ਰਧਾਨ ਹੋ ਗਏ, ਸਾਰੀ ਸ੍ਰਿਸ਼ਟੀ ਵੈਸ਼ ਹੋ ਗਈ ਹੈ। ਸਾਰੇ ਯੂਰਪ ਵਿੱਚ ਚਰਚ ਉਜੜ ਗਏ ਨੇ, ਫਲਕ ਬੋਸ ਇਮਾਰਤਾਂ ਨੇ ਗੁਰਦੁਆਰਿਆਂ ਦੀਆਂ, ਯੂਪੀ ਵਿੱਚ, ਬਿਹਾਰ ਵਿੱਚ, ਬੰਗਾਲ ਵਿੱਚ, ਰਾਜਸਥਾਨ ਵਿੱਚ, ਮਹਾਰਾਸ਼ਟਰ ਵਿੱਚ। ਅੰਮ੍ਰਿਤ ਵੇਲੇ ਚਲੇ ਜਾਓ, ਚਾਰ ਬੰਦੇ ਕੋਈ ਨਹੀਂ ਬੈਠੇ, ਖਾਲੀ ਪੈਣ, ਬਿਲਕੁਲ ਖਾਲੀ ਗੁਰਦੁਆਰਾ।
ਬੜੇ ਬੜੇ ਹੱਲ ਬਣਾ ਕੇ ਕੀ ਕਰੀਏ। ਇਹਨਾਂ 50 ਸਾਲਾਂ ਵਿੱਚ ਬੜੇ ਸੁੰਦਰ ਗੁਰਦੁਆਰੇ ਬਣੇ, ਪਹਿਲੇ ਨਹੀਂ ਸਨ, ਟੱਪਰੀਆਂ 'ਚ ਗੁਰਦੁਆਰੇ ਸਨ, ਛੱਪਰੀਆਂ 'ਚ ਗੁਰਦੁਆਰੇ ਸਨ, ਹੁਣ ਤੇ ਮਕਰਾਣੇ ਦਾ ਸਾਰਾ ਮਾਰਬਲ ਗੁਰਦੁਆਰਿਆਂ ਨੂੰ ਲੱਗ ਰਿਹਾ, ਖਾਣਾ ਦੀਆਂ ਖਾਣਾ ਖਰੀਦੀਆਂ ਗਈਆਂ। 50 ਸਾਲਾਂ ਵਿੱਚ ਜਿਤਨੇ ਸੁੰਦਰ ਗੁਰਦੁਆਰੇ ਬਣੇ ਨੇ ਪਹਿਲੇ ਨਹੀਂ ਸਨ। ਗੁਰਦੁਆਰਾ ਬਣਦਾ ਸੇਵਾ ਨਾਲ, ਦਾਨ ਨਾਲ, ਦਾਨ ਸੇਵਾ, ਸੇਵਾ ਨਾਲ ਸੁੰਦਰ ਸੁੰਦਰ ਗੁਰਦੁਆਰੇ ਬਣੇ। ਪਰ ਜਿਤਨੇ ਸੁੰਦਰ ਗੁਰਦੁਆਰੇ ਬਣੇ ਉਤਨੀ ਸਿੱਖੀ ਕਰੂਪ ਹੋ ਗਈ, ਉਤਨੀ ਸਿੱਖੀ ਪਤਤ ਹੋ ਗਈ। ਸਿੱਖ ਨੇ ਸੁੰਦਰ ਬਣਨਾ ਸੀ ਸਿਮਰਨ ਨਾਲ, ਗੁਰਦੁਆਰੇ ਸੁੰਦਰ ਬਣਨੇ ਸਨ ਸੇਵਾ ਨਾਲ, ਗੁਰਦੁਆਰੇ ਸੁੰਦਰ ਕਦਮ ਕਦਮ ਤੇ ਬਣਦੇ ਜਾ ਰਹੇ ਨੇ, ਘਰ ਘਰ ਦੇ ਸਿੱਖੀ ਕਰੂਪ ਹੁੰਦੀ ਜਾ ਰਹੀ। ਹਕੀਕਤ ਹਕੀਕਤ ਇੱਕ ਟੂਕ ਮਾਤਰ ਮੈਂ ਗੱਲ ਰੱਖੀ ਹੈ ਸਿਰਫ ਉਹਨਾਂ ਚੰਦ ਸੱਜਣਾ ਨੂੰ ਸੁਣਾਉਣ ਵਾਸਤੇ ਜਿਹੜੇ ਕਹਿੰਦੇ ਤੁਸੀਂ ਕਿਤਾਬ ਲਿਖੀ ਤੇ ਆਏ ਨਾ ਤੇ ਆਪ ਅੱਗੇ ਆਓ। ਮੈਂ ਤੇ ਮੈਂ 1 ਸਦੀ ਅੱਗੇ ਆਇਆ 2-4 ਜਗ੍ਹਾ ਤੇ ਮੇਰੇ ਨਾਲ ਜੋ ਵਾਪਰੀ ਉਹ ਮੈਂ ਜਾਣਦਾ, ਉਹ ਮੈਂ ਜਾਣਦਾ। ਤੇ ਮੈਂ ਕਿ ਥੋੜ੍ਹੀ ਬਹੁਤ ਜਿਹੜੀ ਕਥਾ ਦੀ ਸੇਵਾ ਚੱਲ ਜਾਏ ਫਿਰ ਇਹ ਵੀ ਨਹੀਂ ਚੱਲ, ਕਠਿਨ ਹੋ ਜਾਏਗਾ। ਕਾਰਨ ਮੈਂ ਫਿਰ ਅਰਜ਼ ਕਰਾਂ, ਉਸ ਤਰ੍ਹਾਂ ਦੀਆਂ ਰਾਣੀਆਂ ਦੇ ਨਾਲ ਸਾਰਾ ਸੰਸਾਰ ਭਰਿਆ ਪਿਆ, ਜਿਹਨਾਂ ਦਾ ਕੰਮ ਹੈ ਹਥੌੜਾ ਲਓ ਤੇ ਸ਼ੀਸ਼ੇ ਤੋੜੋ, ਤੋੜੋ ਸ਼ੀਸ਼ੇ। ਸਾਡੀ ਕਰੂਪਤਾ ਕਿਉਂ ਬਿਆਨ ਕਰ ਦੇਣਾ, ਕਮਜ਼ੋਰੀਆਂ ਕਿਉਂ ਬਿਆਨ ਕਰ ਦੇਣਾ, ਐਸਾ ਕਿਉਂ ਕਹਿੰਦੇ ਨੇ, ਪੈਸਾ ਕਿਉਂ ਕਹਿੰਦੇ ਨੇ। ਹੈਰਾਨ ਹੋ ਜਾਂਦੇ ਆ ਉਹ ਮਨੁੱਖ ਵੀ ਆਪਣੇ ਆਪਣਾ ਉਪਮਾ ਚਾਹੁੰਦੇ ਨੇ, ਸ਼ਾਮ ਦੇ ਸਮੇਂ ਦੇ ਰਾਜ ਸਾਹਿਬ ਨੂੰ ਛੱਡ ਕੇ ਜਿਹਨਾਂ ਨੇ ਸਿੱਖੀ ਨੂੰ ਸ਼ਰਾਬ ਦੇ ਪਿਆਲੇ 'ਚ ਡੋਬੇ ਆਉਂਦਾ, ਉਹ ਵੀ ਉਪਮਾ ਚਾਹੁੰਦੇ ਨੇ, ਸਤਿਕਾਰ ਚਾਹੁੰਦੇ ਨੇ, ਸਰੋਪੇ ਚਾਹੁੰਦੇ, ਉਹ ਵੀ ਸਰੋਪੇ ਚਾਹੁੰਦੇ, ਉਹ ਵੀ ਸਤਿਕਾਰ ਚਾਹੁੰਦੇ, ਸਿੱਖੀ ਨੂੰ ਡੋਬੇ ਆ ਸ਼ਰਾਬ ਦੇ ਪਿਆਲੇ। ਔਰ ਕਿਤਨਾ ਸਰੂਪ ਤੇ ਕਰੂਪਤਾ ਜਗਤ ਦੇ ਸਾਹਮਣੇ ਜੋ ਫੈਲੀ ਹੈ ਸਿੱਖਾਂ ਤੇ ਬਾਕੀਆਂ ਤੇ ਫੈਲੀ ਹੈ, ਮੈਂ ਸਿੱਖਾਂ ਦੀ ਗੱਲ ਕਰਨੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਬੋਲ ਦੇ ਆਸਰੇ ਤੇ ਸ੍ਰਿਸ਼ਟ ਸਭ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕੋ ਹੀ ਵਰਨ ਹੋ ਗਈ। ਧਰਮ ਕੀ ਗਤ ਰਹੀ, ਸਭ ਕੁਝ ਵੇਚਣਾ, ਕੀਰਤਨ ਵੇਚਣਾ, ਮੁੱਲ ਮੰਗਦੇ ਨੇ ਕੀਰਤਨੀ। ਮੈਂ ਬਹੁਤ ਕੇ ਆਪਣੇ ਸਾਥੀਆਂ ਨੂੰ ਮਿਲ ਜਾਏ ਤਾਂ ਠੀਕ ਹੈ, ਨਜ਼ਰਾਂ ਨਾ ਰਹਿ ਸਕਦੇ। ਬੇਟਾ ਲੈਣ ਦਾ ਪਿਆਰ ਗੁਰੂਆਂ ਨੇ ਸਾਨੂੰ ਦਿੱਤਾ, ਉਹਨਾਂ ਨੇ ਮਰਿਆਦਾ ਚਲਾਈ ਸੀ, ਮੁੱਲ ਨਹੀਂ, ਮੁੱਲ ਹੈ। ਕੀਰਤਨ ਵਿਕ ਰਿਹਾ, ਕਥਾ ਵਿਕ ਰਹੀ ਹੈ, ਪਾਠ ਵਿਕਦਾ ਪਿਆ। ਔਰ ਗੁਰਦੁਆਰਿਆਂ ਦੀ ਜੋ ਸੇਵਾ ਕਰਦੇ ਨੇ, ਸੇਵਾ ਵੇਚਦੇ ਪਏ ਨੇ, ਬਦਲੇ ਕੁਛ ਚਾਹੀਦੇ, ਮਨਿਸਟਰੀ ਚਾਹੀਦੀ, MP ਬਣਦਾ, MLA ਬਣਦਾ, ਪੰਜਾਬ ਦੇ ਕਈ ਕੁਛ ਹੈ। ਜਿੰਨਾ ਵੱਡਾ ਗੁਰਦੁਆਰਾ ਉਤਨੀ ਵੱਡੀ ਸੇਵਾ ਨਾਲ ਰਾਜਨੀਤੀ ਚੱਲ ਰਹੀ ਹੈ, ਧਰਮ ਨਹੀਂ ਚੱਲ ਰਿਹਾ, ਧਰਮ ਨਹੀਂ ਚੱਲ ਰਿਹਾ। ਸ੍ਰਿਸ਼ਟ ਸਭ ਇੱਕ ਵਾਰ ਨਾ ਹੋਈ, ਧਰਮ ਕਿਉਂ ਗਤ ਰਹੀ। ਇਹਨਾਂ 50 ਸਾਲਾਂ ਵਿੱਚ ਈਸਾਈ ਮਿਸਰੀਆਂ ਨੇ ਹਿੰਦੁਸਤਾਨ ਵਿੱਚ
ਗਰੀਬ ਮੁਲਕਾਂ ਦੇ 1.5 ਕਰੋੜ ਤੋਂ ਵੀ ਜ਼ਿਆਦਾ ਈਸਾਈ ਸਜਾਏ ਨੇ, 60 ਲੱਖ ਹਿੰਦੁਸਤਾਨ ਦੇ ਸਜਾਏ। 500 ਸਾਲ ਦਾ ਸਾਡਾ ਸੁਨਹਿਰੀ ਇਤਿਹਾਸ, ਗੁਰੂ ਕੀ ਗੋਲਕਾਂ ਧਨ ਦੀ ਕਮੀ ਨੇ ਤੇ 1.5 ਕਰੋੜ ਅਸੀਂ ਗਿਣੇ ਜਾਂਦੇ ਹਾਂ ਸਾਰੀ ਦੁਨੀਆ। ਅੱਧਾ ਪੰਜਾਬ ਪਤਤ ਹੋ ਗਿਆ। ਇਹ ਪਤਾ ਕਿਉਂ? ਸਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਹੋਈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਕਿਉਂ ਨਹੀਂ ਚੱਲ ਰਿਹਾ ਇਸ ਪੰਕਤੀ ਨੂੰ ਸਾਹਮਣੇ ਰੱਖ ਕੇ ਤੁਹਾਡੇ ਸਾਹਮਣੇ ਵਜ਼ਾਹਤ ਕੀਤੀ ਹੈ। ਇਸ ਵਾਸਤੇ ਜੇ ਸਮਾਜ ਸਾਡੇ ਨਾਲ ਚੱਲ ਰਿਹਾ, ਕਾਰੋਬਾਰ ਸਾਡੇ ਨਾਲ ਚੱਲ ਰਿਹਾ, ਰਾਜਨੀਤੀ ਸਾਡੇ ਨਾਲ ਚੱਲ ਰਹੀ ਹੈ, ਤਾਂ ਧਰਮ ਨੂੰ ਚਲਾਉਣਾ। ਸਾਡੀ ਚਾਲ ਨੂੰ ਵੇਖ ਕੇ ਕੋਈ ਕਹਿ ਦੇਵੇ ਇਹਦੇ ਨਾਲ ਗੁਰੂ ਚੱਲ ਰਿਹਾ, ਇਸ ਦੇ ਨਾਲ ਧਰਮ ਚੱਲ ਰਿਹਾ, ਇਹ ਤੇ ਧਾਰਮਿਕ ਬੰਦਾ। ਐਸਾ ਨਾ ਹੋਵੇ ਕਿ ਅਸੀਂ ਪਾਠ ਵੀ ਕਰਦੇ ਪਈ ਹੋਵੇ ਤੇ ਅਗਲਾ ਕਹੇ ਮੇਰਾ ਹੀ ਕੋਰਾ ਰਾਜਨੀਤਿਕ ਹੈ। ਇਹਦੇ ਪਾਠ ਵਿੱਚ ਵੀ ਰਾਜਨੀਤੀ ਚੱਲਦੀ, ਇਹਦੀ ਸੇਵਾ ਵਿੱਚ ਵੀ ਰਾਜਨੀਤੀ ਚੱਲਦੀ, ਇਹਦੇ ਲੈਕਚਰਾਂ ਵਿੱਚ ਵੀ ਰਾਜਨੀਤੀ ਚੱਲਦੀ ਪਈ, ਇਹਦੇ ਕਥਾ ਕੀਰਤਨ ਵਿੱਚ ਵੀ ਦੰਦਾ ਚੱਲ ਜਾਵੇ। ਕੁਛ ਵੀ ਨਹੀਂ, ਕੁਛ ਵੀ ਨਹੀਂ। ਫਿਰ ਮੈਂ ਪੰਕਤੀਆਂ ਤੁਹਾਨੂੰ ਸੁਣਾ ਲਿਆ ਤਾਂ ਕਿ ਕੰਠ ਹੁਣ ਮੈਂ ਇੱਥੇ ਸਮਾਪਤੀ ਕਰਦਾ। ਖੱਤਰੀਆਂ ਤਾਂ ਧਰਮ ਛੋੜਿਆ ਮਲੇਚ ਵਾਕਿਆ ਗਈ, ਸਿਸ਼ਟ ਸਭ ਇੱਕ ਵਰਨ ਹੋਈ, ਧਰਮ ਦੀ ਗਤ। ਸਾਡੇ ਪੈਰ ਚਲਣ, ਸਾਡੇ ਨਾਲ ਧਰਮ ਚੱਲਣਾ ਚਾਹੀਦਾ। ਧਰਮ ਦੀ ਛਾਪ ਸਾਡੀ ਜ਼ਿੰਦਗੀ ਹਰ ਥਾਂ ਤੇ ਛੋੜ, ਹਰ ਜਗ੍ਹਾ ਤੇ ਛੋੜ। ਇਸ ਤਰ੍ਹਾਂ ਦੀ ਹਰ ਸਿੱਖ ਜ਼ਿੰਮੇਵਾਰੀ ਮਹਿਸੂਸ ਕਰੇ, ਖਾਸ ਕਰਕੇ ਉਹ ਜੋ ਗੁਰਦੁਆਰੇ ਆਉਂਦੇ, ਗੁਰਬਾਣੀ ਸੁਣਦੇ। ਮੇਰਾ ਕਰਮ ਕਾਂਡ ਨੇ, ਕਰਮ ਕਾਂਡ, ਸਰੀਰ ਨਾਸ਼ ਹੋਇਆ, ਕਰਮ ਨਾਸ਼ ਹੋ ਗਿਆ। ਮੈਂ ਕੱਲ ਰਾਤ ਅਰਜ਼ ਕੀਤੀ, ਉਹਨੂੰ ਮਨ ਦਾ ਹਿੱਸਾ ਬਣਾਉਣਾ। ਪਰ ਜੇ ਸਾਡੇ ਨਾਲ ਧਰਮ ਚੱਲਿਆ, ਐਸੇ ਸਿੱਖਾਂ ਦੀ ਤੇ ਫਿਰ ਮੰਗ ਕੀਤੀ ਗਈ। ਅਸੀਂ ਅਰਦਾਸ ਵਿੱਚ ਸ਼ਬਦ ਐਡ ਕੀਤੇ ਨੇ, ਸੇਹੀ ਸੰਤ ਗੁਰਮੁਖ ਪਿਆਰੇ ਨੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ, ਹੇ ਗੁਰੂ ਉਹਨਾਂ ਦਾ ਮਿਲਾ। ਮਹਾਂਪੁਰ ਸਾਧੂ ਜਨ ਦੇ ਉਹ ਮਿਲਾ, ਜਿਨ੍ਹਾਂ ਦੇ ਮਿਲਦਿਆਂ ਤੂੰ ਚੇਤਿਆ, ਤੂੰ ਚੇਤਿਆ। ਹਮਰਾ ਧਨ ਮਾਧੋ ਧਰਨ, ਇਹ ਧਾਨ ਸਾਰ ਧਨ ਕਹੀਏ, ਸਿਰਮੌਰ ਧਨ ਹੈ ਪਰਮਾਤਮਾ ਜਿਸ ਤੋਂ ਸਾਰਾ ਧਨ ਆਉਂਦਾ। ਪਰ ਸਮਝ ਨਾ ਹੋਣ ਕਰਕੇ ਪਰਮਾਤਮਾ ਮਨੁੱਖ ਨਾਲ ਨਹੀਂ ਚੱਲਦਾ, ਬਲਕਿ ਚੱਲਦਾ ਹੀ ਪਰਮਾਤਮਾ ਤੇ ਹੈ, ਪਰ ਮਨੁੱਖ ਦੀ ਤਰਜ਼ੇ ਜ਼ਿੰਦਗੀ ਨਾਲ ਨਹੀਂ ਚੱਲ ਰਿਹਾ। ਸਮਾਜ ਚੱਲ ਰਿਹਾ, ਰਾਜਨੀਤੀ ਚੱਲ ਰਹੀ ਹੈ, ਧੰਦਾ ਚੱਲ ਰਿਹਾ, ਧਰਮ ਨਹੀਂ ਚੱਲ ਰਿਹਾ। ਬੜੇ ਬੜੇ ਮੈਂ ਧਾਰਮਿਕ ਸੰਮੇਲਨ ਦੇਖ ਕੇ ਵੀ ਹੈਰਾਨ ਹੋ ਜਾਂਦਾ। ਅਖੀਰ ਵਿੱਚ ਲੋਕਾਂ ਜੋਖਾ ਲਾਉਂਦੇ ਨੇ, ਖਰਚ ਕਿਤਨਾ ਹੋਇਆ, ਬਚਿਆ ਕਿਤਨਾ। ਇਹ ਸਤਿਗੁਰਾਂ ਦੀ ਹਜ਼ੂਰੀ ਚ ਇੱਕ ਮੈਂ ਸੱਚਾਈ ਤੁਹਾਨੂੰ ਪ੍ਰਗਟ ਕਰਾਂ। 3 ਦਿਨ ਸਮਾਗਮ ਜਦ ਅਲਵਰ ਵਿੱਚ ਆਉਂਦਾ ਨਾ, ਤੇ ਮੈਂ ਮਹਿਸ਼ੀ ਕੋਲ ਪੁੱਛ ਲੈਂਦਾ ਵੀ ਦੇਣਾ ਕਿਤਨੇ ਆਉਂਦਾ। ਉਹ ਲੱਖਾਂ ਦੇ ਬਿਲਵਾਦ ਮੇਰੇ ਸਾਹਮਣੇ ਰੱਖ ਰਹੇ, ਉਹਦੇ ਵੀ ਰਹਿ ਗਏ ਨੇ, ਉਹਦੇ ਵੀ ਦੇਣੇ ਨੇ, ਉਹਦੇ ਵੀ ਦੇਣੇ ਨੇ। ਤੇ ਰਾਜੂ ਬੈਠੇ ਆ ਕੇ ਜਦੋਂ ਮੈਨੂੰ ਸੁਣਾਉਂਦਾ, ਇੰਨੇ ਆ ਗਏ ਨੇ, ਇੰਨੇ ਆ ਗਏ ਨੇ, ਮੈਂ ਕਿਹਾ ਅਰਦਾਸ ਕਰ ਗੁਰੂ ਦੇ ਅੱਗੋ, ਜੋ ਜੀ ਆਵੇ ਸੋ ਰਾਜੀ ਜਾਵੇ। ਗੁਰੂ ਦਾਦਾ ਇਸ ਗੱਲ ਕੋਲੋਂ ਕੋਈ ਨਿਰਾਸ਼ ਜਾਵੇ, ਗੁਰੂ ਦੇ ਦਰ ਆਇਆ, ਗੁਰੂ ਦੀ ਗੱਲ ਸੁਣਾਉਣ ਆਇਆ,
ਰਾਜ਼ੀ ਜਾਵੇ, ਖੁਸ਼ ਜਾਵੇ। ਸਤਿਗੁਰ ਰਹਿਮਤ ਕਰੋ, ਤੁਹਾਡੇ ਤੇ ਬੜੀ ਬਰਕਤ ਹੈ। ਇਹ ਸਮਾਗਮ ਜੋ ਤੁਸੀਂ ਹੌਸਲਾ ਕਰਕੇ ਆਰੰਭ ਕੀਤਾ, ਬੜੀ ਮਸ਼ਹੂਰੀ ਹੈ, ਬੜੀ ਜੋ ਹੈ ਚਰਚ ਹੈ। ਤੁਹਾਨੂੰ ਲੰਬੀ ਸੋਚਣੀ, ਗਹਿਰੀ ਸੋਚਣੀ ਸਤਿਗੁਰ ਦੇਵੇ, ਔਰ ਇਤਨੀ ਗਹਿਰੀ ਸੋਚ ਦੇਵੇ ਤੁਸੀਂ ਜਿਸ ਪਾਸੇ ਜਾਓ ਧਰਮ ਦੀ ਮਹਿਕ ਵੰਡਦੇ ਜਾਓ, ਧਰਮ ਦੀ ਖੁਸ਼ਬੂ ਵੰਡਦੇ ਜਾਓ, ਗੁਰਮਤ ਦਾ ਚਾਨਣਾ ਵੰਡਦੇ ਜਾਓ, ਗੁਰੂ ਬਰਕਤਾਂ ਪਾਵੇ ਔਰ ਪ੍ਰਬੰਧਕਾਂ ਨੂੰ ਤੌਫੀਕ ਦੇਵੇ, ਸਮਰਥਾ ਦੇਵੇ, ਹੋਰ ਉਤਸ਼ਾਹ ਪੂਰਵਕ ਇਸ ਨੂੰ ਮਨਾ ਸਕਣ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।